ਇੱਕ ਪਾਸੇ ਇਲੈਕਟ੍ਰੀਸ਼ਨ, ਇੱਕ ਪਾਸੇ ਸੈਨੇਟਰੀ ਵਾਲੇ ਲੱਗੇ ਹੋਏ ਆ। ਇਹ ਹੈਗੀ ਆਪਣੀ, ਜਿੱਦਾਂ ਕਿ ਪਤਾ ਆ ਇੱਥੋਂ ਸ਼ੁਰੂ ਹੋ ਜਾਂਦੀ ਆ, ਇੱਥੋਂ ਇੱਦਾਂ ਚੱਲਣੀ ਆ। ਇਹ ਸਾਰਾ ਕਿਚਨ ਏਰੀਆ ਹੀ ਆ ਅਤੇ ਕਿਚਨ ਵਾਲਿਆਂ ਨੇ ਬਣਨੀ ਗਈ ਹੋਈ ਆ। ਕਿਚਨ ਪਤਾ ਨਹੀਂ ਕਿੱਥੋਂ ਬਣ ਕੇ ਆਉਂਦੀ, ਇਹ ਤਾਂ ਮੈਨੂੰ ਨਹੀਂ ਪਤਾ, ਕਹਿਣਾ ਨਹੀਂ ਜਾਂ ਮੈਨੂੰ ਭੁੱਲ ਗਿਆ। ਅਤੇ ਇੱਦਾਂ ਕਾਫੀ ਵੱਡੀ ਆ, ਉਹ ਪਿੱਛੇ ਵੈੱਟ ਕਿਚਨ, ਇੱਥੇ ਆਈਲੈਂਡ ਆ ਜਾਣਾ, ਆ ਡਾਈਨਿੰਗ ਏਰੀਆ ਆ ਗਿਆ। ਅਤੇ ਉੱਧਰ ਦੋ ਰੂਮਾਂ ਵਿੱਚ ਪੱਥਰ ਲੱਗ ਗਿਆ ਆ ਹਲੇ ਲੱਗਾ, ਹਲੇ ਰੰਗ ਰੂਪ ਇਹਦਾ ਬਾਅਦ 'ਚ ਦਿਖਾਊਂਗਾ ਜਦੋਂ ਚਮਕਾਉਣਗੇ। ਬਣਾ ਬਣਾ ਰੱਖੇ ਆ, ਹੁਣ ਲੱਗਣੇ ਹੀ ਆ। ਕੀ ਹੁੰਦਾ ਆ ਵਾਕਿੰਗ ਕਲੋਜ਼ਰ, ਕਿਹੜਾ ਕਲੋਜ਼ਰ ਹੁੰਦਾ, ਜੋ ਵੀ ਬਾਥਰੂਮ ਦਾ ਵੀ ਕਰਨਾ ਪਿਆ ਮਾੜੇ ਦਾ। ਪੱਥਰ ਇੱਥੇ ਲੱਗ ਗਿਆ, ਟਹਿਲਾਂ ਟਹਿਲਾਂ ਲੱਗ ਗਈ ਉੱਥੇ। ਮਤਲਬ ਆਪਾਂ ਨੂੰ ਵੈਸੇ ਚਾਹੀਦੇ ਵੀ ਮਤਲਬ ਦੋ ਰੂਮ ਹੀ ਆ ਘਰ 'ਚ ਐਂਟਰੀ ਮਾਰਨ ਨੂੰ, ਅਤੇ ਆ ਵੀ ਰਿਹਾਇਸ਼ ਹੋ ਜਾਵੇ, ਦੋ ਰੂਮ ਰੈਡੀ ਹੋ ਜਾਣ ਅਤੇ ਕਿਚਨ, ਅਤੇ ਬਾਕੀ ਬਾਹਰ ਤਰ੍ਹਾਂ ਦਾ ਕੰਮ ਹੁੰਦਾ ਰਹਿੰਦਾ ਉੱਪਰੋਂ ਹੋਇਆ ਹੋਇਆ। ਟਾਕੀਆਂ ਵੀ ਬਣੀਆਂ ਹੋਈਆਂ, ਉਹ ਸ਼ੀਸ਼ੇ ਲੱਗਣੇ ਆ। ਕਲਰ ਦਾ ਬਾਥਰੂਮ ਦੀਆਂ ਕੰਧਾਂ 'ਤੇ ਅਸ਼ਰ ਇੱਕ ਦੀਆਂ 'ਤੇ ਤੋੜਤਾ ਭੈਣ 'ਚ। ਪਹਿਲਾਂ ਨੁਕਸਾਨ ਹੋ ਗਈ ਤਿੰਨ ਨੂੰ, ਪਹਿਲਾਂ ਇਹਨਾਂ ਦੇ ਟੁੱਟੀਆਂ ਬਹੁਤ ਵੱਡੀਆਂ ਆ, 6x4 ਦੀਆਂ, ਫਿਰ ਤੋੜੀਆਂ ਬਹੁਤ ਟੁੱਟ ਕੇ ਲਗਵਾਉਣ ਡੇ, ਪਰ ਇੱਥੇ ਟੁੱਟਾ ਵੀ ਪਿਆ ਹੁਣ ਪੀਸ ਵੱਡੇ ਟੂੜੇ ਦੇ। ਚਲੋ ਹੁਣ ਕਿਚਨ ਵੀ ਬਣ ਕੇ ਲੈਣੀ ਆ ਅਗਲੇ ਮਹੀਨੇ ਦੀ 10 ਤਰੀਕ ਤੱਕ ਕਿਚਨ ਬਣ ਕੇ, ਜਿੱਥੋਂ ਬਣਵਾਈ ਆ ਉਹਨਾਂ ਨੇ ਆਪਣੇ ਉੱਥੇ ਮਤਲਬ ਦਿਖਾਉਣੀ ਆ, ਫੁੱਲ ਪੇਮੈਂਟ ਕਰਕੇ ਫਿਰ ਇੱਥੇ ਲਿਆਉਣਗੇ, ਫਿੱਟ ਕਰਕੇ ਜਾਣਗੇ, 4-5 ਦਿਨ ਲੱਗਣਗੇ। ਅਤੇ ਬਾਕੀ ਆਹ ਵੀ ਹੋ ਰਿਹਾ ਉੱਪਰੋਂ, ਸੋਫੇ ਸਾਫੇ ਬਣਨੇ ਦੇ ਦੇਣੇ ਆ, ਇੱਥੇ ਲੱਗਣਾ ਜਿਹੜਾ ਉੱਥੋਂ ਲੈ ਕੇ ਉੱਥੇ ਤੱਕ ਉੱਥੇ ਤੱਕ। ਅਤੇ ਉੱਧਰ ਵੀ, ਉੱਧਰ ਜਿਹੜਾ ਸੋਫਾ ਉੱਧਰ ਲਈ ਬਣਾ ਦੇਣਾ। ਅਤੇ ਆਹ ਤਾਂ ਚਲੋ ਵਾਸ਼ਰੂਮ ਆ ਗਿਆ ਉੱਧਰ ਪਰਲੇ ਪਾਸੇ ਲਈ, ਉਹ ਉੱਪਰਲੇ ਰੂਮ ਕਰਦੇ ਰਹਿਣਗੇ ਹੌਲੀ ਹੌਲੀ। ਪਹਿਲਾਂ ਐਂਟਰੀ ਮਾਰੀਏ, ਕਿਚਨ ਤਿਆਰ ਹੋ ਜਾਵੇ, ਲਿਫਟ ਵੀ ਬਣਨੀ ਦਿੱਤੀ ਹੋਈ ਆ, ਆਹ ਦੋ ਰੂਮ ਤਿਆਰ ਹੋ ਜਾਣ, ਉੱਥੇ ਫਾਊਂਟੇਨ ਲੱਗਣਾ ਜਿਹੜਾ, ਜੋ ਵੀ ਫੁਹਾਰਾ ਜੋ ਵੀ ਕਹਿ ਲਓ, ਉਹ ਵੀ ਪੱਥਰ ਲੱਗ ਜਾਵੇ ਸਾਰੇ ਪਾਸੇ ਕੰਧਾਂ 'ਤੇ, ਬਾਹਰ ਵੀ ਪੱਥਰ ਲੱਗ ਜਾਵੇ, ਬਾਹਰ ਸਾਰੇ ਪਾਸੇ ਪੱਥਰ ਹੀ ਲੱਗਣ। ਅਤੇ ਕਾਫੀ ਆਇਆ ਹੋਇਆ ਆ ਪੱਥਰ, ਅਤੇ ਉਹ ਫਾਊਂਟੇਨ ਦਾ ਵੀ ਲਿਆਂਦਾ ਹੋਇਆ ਆ, ਪਰ ਹੁਣ ਪਿਆ ਕਿੱਥੇ ਆ ਇਹ ਨਹੀਂ ਮੈਨੂੰ ਪਤਾ, ਇਹ ਤਾਂ ਟੈਲਾਂ ਆ। ਘਰ ਦੇ ਬਾਹਰ ਲਾਉਣ ਵਾਲਾ ਇੱਕ ਸਾਈਡ ਦਾ, ਰੁਕਿਓ ਜੀ ਰੁਕਿਓ, ਘਰ ਦੇ ਬਾਹਰ ਲਾਉਣ ਵਾਲਾ ਇੱਕ ਸਾਈਡ ਦਾ ਆਇਆ ਹੋਇਆ ਆ, ਫਰੰਟ ਦਾ ਆਉਣਾ ਆ। ਆ ਪੌਡੇ ਬਹੁਤ ਗਲਤ ਬਣਾਤੇ ਜੋਗੀ ਜੀ, ਆ ਘਰ ਦੇ ਅੰਦਰ ਐਂਟਰੀ ਹੋਣ ਨੂੰ ਜੋਗੀ ਨੇ ਪੌਡੇ ਦੇਖੋ ਕਿੱਦਾਂ ਦੇ ਬਣਾ ਕੇ, ਇੰਨਾ ਸੋਹਣਾ ਬਣਾ ਰਿਹਾ। ਹਾਂ ਕੱਚਾ ਕੇ, ਹੁਣ ਕੱਚਾ ਕਹਿ ਦੇ,
ਪੱਕਾ ਸੀ ਇਹ ਪੱਕਾ ਕਰਨ ਨੂੰ ਫਿਰਦਾ ਸੀ। ਮੈਂ ਕਿਹਾ ਤਿੰਨ ਪੌਡੇ ਹੋਣੇ ਚਾਹੀਦੇ ਆ, ਉਹ ਵੀ ਥੱਲਿਓਂ ਵਧੀਆ ਜਿਹਾ ਵੱਡਾ ਪੌਡਾ ਅਤੇ ਇੱਕ ਉਦੋਂ ਛੋਟਾ, ਇੱਦਾਂ ਐਨ ਘੈਂਟ ਜਿਹਾ। ਅਤੇ ਉੱਧਰੋਂ ਖਰੇ ਦੱਸਦਾ ਹੋਵੇ ਜਦੋਂ ਸਾਰਾ ਆਸਾ ਪਾਸਾ ਟੁੱਟਾ, ਮੈਨੂੰ ਲੱਗਦਾ ਉਦੋਂ ਹੀ ਸਾਰਾ ਦੱਸਣਾ। ਅਤੇ ਵੈਸੇ ਜ਼ਿਆਦਾ ਇੱਦਾਂ ਦਿਖਾਉਣ ਦਾ ਫਾਇਦਾ ਨਹੀਂ ਕਿਉਂਕਿ ਲੁੱਕ ਤਾਂ ਪੱਥਰ ਨੇ ਦੇਣੀ ਹੈ, ਲੁੱਕ ਤਾਂ ਜੋਗੀ ਜੀ ਪੱਥਰ ਨਾਲ ਹੀ ਆਊਗੀ ਹੈ ਨਾ। ਅਤੇ ਆਹ ਡਿਜ਼ਾਇਨ ਜਿਹਾ ਇੱਥੇ ਕਦੋਂ ਪਾਉਣਾ? ਇੱਥੇ ਲੈਂਟਰ ਮੋਰ ਨੂੰ ਕਰਨਾ ਪੈਣਾ ਇੱਥੋਂ। ਅੱਛਾ, ਮੋਹਰੇ ਲੈਂਟਰ ਕਰਨਾ ਪੈਣਾ, ਠੀਕ ਹੈ। ਇੱਥੇ ਵਾਈਟ ਕਲਰ ਦਾ ਪੱਥਰ ਲੱਗਣਾ ਆ, ਬਾਕੀ ਸਾਰੇ ਤਾਂ ਬਲੈਕ। ਓਏ 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 ਜੋਗੀ, ਕਿਆ ਬਾਤਾਂ ਤੇਰੀਆਂ, ਕਿਆ ਬਣੇਗਾ? ਪਹਿਲਾਂ ਫਿਰ ਬੋਲੋ, ਕਿਆ ਬਣੇਗਾ? ਬਸ ਨਹੀਂ, ਸਭੀ ਕੋ ਸਮਝ ਆਉਣਾ ਚਾਹੀਏ ਨਾ ਕਿ ਵਧੀਆ ਬੋਲਤਾ ਹੈ। ਨਹੀਂ ਨਹੀਂ, ਕਿਆ ਬਣੇਗਾ ਬੋਲੋ, ਪੰਜਾਬੀ ਵਰਡ ਬੋਲਦੇ? ਨਹੀਂ ਯਾਰ, ਜੋ ਪਹਿਲੋਂ ਬੋਲਿਆ ਸੀ ਕੀ ਬਣ ਜਾਊਗਾ? ਹੱਸਦਾ ਮੋਰਿਓ, ਕੈਂਟ ਬੋਲੇ ਹੈਂ, ਕੈਂਟ ਬਣ ਜਾਏਗਾ। ਹੋਰ ਜੀ ਠੀਕ ਠਾਕ? ਚਲੋ ਕੈਂਟ ਬਣਾ ਦਿਓ ਬਸ। ਤਿਆਰੀ ਤਿਆਰੀ ਹੈ ਹੁਣ ਤਾਂ ਬਸ, ਇਦੂ ਬਾਅਦ ਤੂੰ ਤੇਰਾ ਉੱਪਰ ਹੋ ਜਾਣਾ ਸ਼ੁਰੂ, ਬਾਕੀ ਇੱਥੇ ਪੱਥਰ ਲਾਉਣ ਵਾਲਿਆਂ ਨੇ ਆ ਜਾਣਾ, ਬਾਕੀ ਲੱਗੇ ਹੀ ਆ ਸਾਰੇ ਲਟਰਮ ਪਟਰਮ। ਚਾਲ ਦੇ ਦਿਆ, ਉਹ ਚਾਲ 'ਤੇ ਹੀ ਰੁਕੇ ਹੋਏ ਸੀ ਕੰਮ। ਬਾਕੀ ਆਹ ਤਾਕੀਆਂ ਲਾਉਣ ਵਾਲਾ ਵੀ ਆਇਆ ਸੀਗਾ, ਉਹ ਕਹਿੰਦਾ ਸਾਰਾ ਕੰਮ ਕਰਾ ਕੇ, ਮੇਰਾ ਬਾਅਦ 'ਚ ਕੰਮ ਹੈ, ਨਹੀਂ ਸਾਰਾ ਕੰਮ ਕਹਿੰਦਾ ਮੇਰਾ ਉਹ ਤਾਕੀਆਂ ਖਰਾਬ ਹੋ ਜਾਣੀਆਂ, ਸ਼ੀਸ਼ਾ ਵੀ ਖਰਾਬ ਹੋ ਜਾਣਾ ਸਾਰਾ, ਬਾਅਦ 'ਚ ਕਹਿੰਦਾ ਕਰੂੰਗਾ। ਚਲੋ ਠੀਕ ਆ ਪਾਪਾ ਜੀ, ਬਜ਼ੁਰਗੋ ਮਿਲਤੇ ਹੈਂ, ਚੱਲੀਏ ਮਨੀ ਸ਼ਹਿਰ। ਸ੍ਰੀ ਅਕਾਲ ਪੰਜਾਬੀ, ਹਾਏ ਸਜ਼ਰਿਆ ਲਿਆ ਫਾਨਾ ਵੀ ਮਲਾ ਦੇ, ਇਹੀ ਵੀ ਕਰ ਲਈਏ। ਲਓ ਜੀ, ਹਾਂਜੀ ਸਤਿ ਸ਼੍ਰੀ ਅਕਾਲ ਪੰਜਾਬੀ, ਮੈਂ ਤੁਹਾਡਾ ਆਪਣਾ ਅਰਵਿੰਦਰ ਸਿੰਘ ਸ਼ੇਰਗਿੱਲ ਉਰਫ ਆਰ ਜੀ ਸ਼ੇਰਗਿੱਲ, ਬਹੁਤ ਬਹੁਤ ਸਵਾਗਤ ਆ ਹੋਰ ਬਸ ਤੁਹਾਡੇ ਆਪਣੇ ਯੂਟਿਊਬ ਚੈਨਲ 'ਤੇ, ਜਿਹਦਾ ਨਾਮ ਹੈ 0300 ਵਾਲੇ। ਕਹਿੰਦੇ ਥਾਰ ਆ ਗਈ, ਕਹਿੰਦੇ ਥਾਰ ਨਵੀਂ, ਥਾਰ ਕੀ ਹੈਗੀ? ਥਾਰ ਕਹਿੰਦੇ ਕਿੰਨੇ ਦੀ ਆਈ? 12 ਲੱਖ ਦੀ ਥਾਰ ਆ ਗਈ ਜੀ, 5 ਡੋਰ ਥਾਰ 12 ਲੱਖ ਦੀ, ਪਤਾ ਨਹੀਂ ਆ ਦੇ ਇਹਨੇ ਨਾਲ ਪਹਿਲੋਂ ਗੱਲ ਕਰਾ। ਉਹ ਵਕੀਲ ਭਾਈ, ਇਹਨੂੰ ਕਹਿੰਦਾ 2 ਜ਼ਮਾਨਤਾਂ ਲਾਉਣੀ। ਕਿੱਦਾਂ ਹਾਲ? ਠੀਕ ਹੈ, ਤੂੰ ਤਾਂ ਚੱਲਣਾ ਯਾਰ ਕੰਮ ਚਾਹੋ ਫਿਰ ਇਹ ਰੋਜ਼ ਸ਼ਾਮ ਨੂੰ ਲੱਗ ਪੈਂਦਾ ਪੈਗ ਲਾਉਣ ਨੂੰ ਜੀ ਕਰਦਾ, ਇਹਦਾ ਪੈਗ ਨੂੰ ਜੀ ਕਰਦਾ ਰਹਿੰਦਾ। ਮੈਂ ਕਿਹਾ ਤੂੰ ਬੰਦ ਕੀਤੀ ਆ। ਅੱਛਾ ਮੇਰੀ ਗੱਲ ਇੱਦਾਂ ਆ ਕਿ ਐਵੇਂ ਲੋਕੀ ਮੈਨੂੰ ਸਮਝ ਨਹੀਂ ਆਉਂਦਾ, ਰੇਟ ਕਿੱਥੋਂ ਸੁਣ ਲੈਂਦੇ ਆ ਸਾਰੇ 12 ਲੱਖ 12 ਲੱਖ ਕਰੀ ਜਾਂਦੇ ਯਾਰ। ਜਿਹੜੇ ਉੱਦਾਂ ਉਹ 17-18 ਦੀ ਸੀਗੀ ਹੈ ਪਹਿਲਾਂ, ਜਦੋਂ 3 ਡੋਰ ਸੀਗੀ, ਹੁਣ 2 ਦਰਵਾਜ਼ੇ ਵੀ ਉਹਨਾਂ ਨੇ ਵੱਧ ਦੇ ਦਿੱਤੇ, ਹੋਰ ਛੰਮਣ ਛੇਣਾ ਬਹੁਤ ਕੁਝ ਵੱਧ ਦੇ ਦਿੱਤਾ। ਰੇਟ ਯਾਰ ਪਤਾ ਕਰਕੇ ਆਉਂਦੇ ਅੱਜ ਅਤੇ ਬਾਬਾ ਮਿਹਰ ਕਰੇ ਬਾਕੀ। ਅਤੇ ਇੱਕ ਤਾਂ ਜਿਹੜੀ ਬੁੱਕ ਕਰਾਉਣੀ ਸੀ ਉਹ ਕਰਾਈ ਹੋਈ ਆ, ਤੁਹਾਨੂੰ ਪਤਾ ਆ, ਜਿਹਨਾਂ ਨੂੰ ਪਤਾ ਉਹਨਾਂ ਨੂੰ ਪਤਾ ਆ। ਅਤੇ ਉਹਨਾਂ ਨੂੰ ਬੜੇ ਹੀ ਲੱਗ ਜਾਂਦੇ ਆਉਣ ਨੂੰ, ਜਾਣੂ ਯੂਨੀ ਮੇਰੇ ਨਾਲ ਤੁਰੇ ਆਉਂਦੇ ਆ, ਅਤੇ ਮੈਂ ਪੁੱਛਿਆ ਵੀ ਇਹ ਚਾਬੀ ਹੈਗੀ? ਕਹਿੰਦਾ ਹਾਂ ਹੈਗੀ ਆ। ਅਤੇ ਆਹ ਰੋਕਸ ਕਹਿੰਦੇ ਬਹੁਤ ਘੈਂਟ ਗੱਡੀ ਆਈ ਆ, ਅਤੇ ਬਾਕੀ ਸਾਡੇ ਸਰਦਾਰ ਸਾਹਿਬ ਬਹੁਤ ਸ਼ੌਕੀਨ ਆ ਆਹ ਦੇ, ਬਾਬਾ ਮਿਹਰ ਕਰੇ, ਦੇਖ ਕੇ ਤਾਂ ਆਈਏ ਕੀ ਆਇਆ ਕੀ ਨਹੀਂ ਆਇਆ, ਹੈ ਨਾ? ਇਹ ਥੋੜ੍ਹਾ
ਦੇਖ ਵੀ ਨਹੀਂ ਸਕਦੇ, ਦੇਖਣ ਦਾ ਕਿਹੜਾ ਮੁੱਲ ਲੱਗਦਾ ਕਿ ਨਹੀਂ ਗੋਪੀ ਭਾ, ਦੇਖਣ ਦਾ ਕੋਈ ਮੁੱਲ ਨਹੀਂ। ਜਾ ਕੇ ਆਈਏ ਪਹਿਲਾਂ ਅਤੇ ਕੇਵਲ ਤੁਹਾਨੂੰ ਦਿਖਾਊਂਗਾ ਆਪਾਂ ਬੁੱਕ ਕਿਹੜੀ ਕਰਾਈ ਆ। ਜਿਨ੍ਹਾਂ ਨੂੰ ਪਤਾ ਆ ਉਹਨਾਂ ਨੂੰ ਲਾਓ ਵੀ, ਉਹ ਫਿਰ ਸਮਝ ਲਓ ਇਕੱਲੀ ਇਕੱਲੀ ਸਨੈਪ ਵੀ ਦੇਖਦੇ ਆ। ਅਤੇ ਹੁਣ ਗੱਡੀ ਦੀ ਚਾਬੀ ਆ ਜਾਵੇ ਕਿਉਂਕਿ ਅੱਜ ਸਾਰ ਰੌਕਸ ਦੇਖਣ ਜਾਣੀ ਹੈ ਅਤੇ ਟਾਈਮ ਉੱਪਰੋਂ ਵਾਹਵਾ ਹੋ ਗਿਆ। ਵਾਹਵਾ ਵਾਹਵਾ ਮੀਨਸ ਵਾਹਵਾ, 6 ਵੱਜ ਚੁੱਕੇ ਸ਼ਾਮ ਦੇ। ਸ਼ੋਰੂਮ ਵਾਲੇ ਨਾ ਬੰਦ ਕਰਕੇ ਚੱਲ ਜਾਣ ਮਹਿੰਦਰਾ ਵਾਲੇ। ਇੱਕ ਥਾਰ ਵੋਗੈਂਟ ਆਈ ਇਹਨਾਂ ਦੀ ਅਤੇ ਇੱਕ ਬਲੈਰੋ, ਦੋਨਾਂ ਗੱਡੀਆਂ 'ਚੋਂ ਇੱਕ ਤਾਂ ਲੈਣ ਵਾਲੀ ਆ, ਬਾਕੀ ਦੇਖਦੇ ਹਾਂ ਉੱਥੇ ਜਾ ਕੇ ਕਿਹੜੀ ਜ਼ਿਆਦਾ ਘੈਂਟ ਹੈ। ਉੱਥੇ ਜਾ ਕੇ ਗੱਲ ਕਰਦੇ ਹਾਂ ਆਪਾਂ, ਕਾਹਤੇ ਗਰਮੀ ਗਰਮੀ ਹੋਣ ਡੇ ਹਾਂ। ਚਲੋ ਮੈਂ ਤਾਂ ਹੋਣਾ ਹੀ ਹਾਂ, ਮੈਂ ਤਾਂ ਚਾਬੀ ਉਡੀਕਣੀ ਆ। ਤੁਸੀਂ ਮੈਨੂੰ ਨਿਚੜਦੇ ਨੂੰ ਦੇਖ ਕੇ ਤੁਸੀਂ ਐਵੇਂ ਆ ਨਾ ਬੋਰ ਹੋਣਾ। ਛੱਡੋ ਕਿ ਨਹੀਂ ਗੋਪੀ ਭਾ, ਦੇਖਿਆ ਭਾ ਹਮ ਹੀ ਭਰ ਦਿੰਦਾ ਇਹ ਸਾਡੇ ਪਿੰਡ ਵਾਲੇ ਭਰਾਵਾਂ ਸਾਰਿਆਂ ਨੇ ਦੇਖ ਪਿਆ। ਹਾਂ ਜੀ ਹਾਂ, ਇਹੀ ਪਿਆਰ ਹੋਣਾ ਚਾਹੀਦਾ। ਅਤੇ ਮਨੀ ਨਹੀਂ ਆਇਆ, ਉਹ ਮਨੀ ਨਹੀਂ ਆਇਆ। ਸ਼ਾਮਾਂ ਪਈਆਂ ਪੰਛੀ ਮੁੜਿਆ ਏ, ਮੇਰਾ ਦਿਲ ਘਬਰਾਇਆ, ਉਹ ਮਨੀ ਨਹੀਂ ਆਇਆ। ਗੱਡੀ ਦੇ ਪਵੋ ਨਰੇ ਨਰੇ ਮਵੇ, ਮੇਰੇ ਵੀ ਪਵਾ ਦੇ ਕਿਤੇ ਝਾਂਜਰਾਂ। ਕੋਈ ਨਾ ਆ ਵੇਚ ਕੇ ਰਿਮ ਪਵਾਉਣੇ, ਪਵਾ ਕੇ ਤਾਂ ਲਿਆਉਣੇ ਆ। ਪਏ ਆ ਯਾਰ, ਸਾਰਿਆਂ ਨੂੰ ਪਤਾ ਹੀ ਆ ਪਏ ਆ, ਪਾਏ ਨਹੀਂ। ਹੋਰ ਜੀ ਬੰਟੀ ਭਾ ਜੀ ਕਿੱਦਾਂ ਹਾਲ ਚਾਲ, ਸਤਿ ਸ੍ਰੀ ਅਕਾਲ। ਆ ਗਿਆ ਜੀ, ਹੋਰ ਜੀ ਹੋਰ ਜੀ ਕਿੱਦਾਂ ਹਾਲ ਚਾਲ। ਸੱਬਲ ਸੱਬਲ ਲੈ ਜਾਓ ਭਰਾ, ਉਹ ਨਾ ਭਾ ਚਲੋ ਚੱਲ ਮਨੀ ਚਾਹ ਮੂਹਰੇ। ਬੰਤੂ ਭਾਅ ਜੀ ਆ ਗਿਆ ਆ। ਬੰਤੂ ਭਾਅ ਜੀ ਕਿੱਦਾਂ ਹਾਲ ਚਾਲ, ਇੱਦਾਂ ਹੀ ਖੁਸ਼ ਰਹਿੰਦਾ ਦੇਖ ਲਾ, ਪਰ ਖੁਸ਼ ਹੈ ਨਹੀਂ ਸੀਗਾ ਅੱਜ, ਗੁੱਸੇ ਸੀਗਾ। ਮੈਂ ਕਹਿ ਤਾ ਖੁਸ਼, ਹੁਣ ਸਾਡੇ ਭਰਾ ਵੱਡੇ ਅਸੀਂ ਤਾਂ ਕਹਿਣਾ ਹੀ ਆ ਭਾਅ ਖੁਸ਼ ਆ, ਪਰ ਅੱਜ ਗੁੱਸੇ ਸੀਗਾ ਭਾਅ ਜੀ। ਜ਼ਰੂਰ ਲੜਕੇ ਆਇਆ ਹੋਣਾ ਭਾਅ ਜੀ, ਭਾਅ ਜੀ ਲੜਕੇ ਆਇਆ ਹੋਊ ਮੇਰੇ ਵੱਲ ਨੂੰ ਕਰਨਾ, ਹੋ ਸਕਦਾ ਮੈਨੂੰ ਲੱਗਦਾ ਭਾਅ ਜੀ ਲੜਕੇ ਆਇਆ ਹੋਣਾ। ਚੈੱਕ ਤਾਂ ਬਹੁਤ ਚੁੱਕਦਾ, ਅਤੇ ਮੰਦ ਭਾਅ ਜੀ ਗੁੱਸਾ ਨਹੀਂ ਕਰਨਾ, ਉਹ ਤਾਂ ਉੱਦਾਂ ਮੈਂ ਬੋਲਦਾ। ਗਰਮੀ ਮਨੀ ਕਿਤੇ ਕਹਿੰਦਾ 11 ਮਹੀਨਿਆਂ ਦੀ, ਕਹਿੰਦੇ ਇਕੱਲੇ ਇਕੱਲੇ ਮਹੀਨੇ ਦੀ ਆ ਭੈਣ ਆ, ਭਰਾਵਾਂ ਆਹੋ 11 ਭਰਾਵਾਂ ਦੀ ਇੱਕੋ ਭੈਣ, ਭਾਦੋਂ 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 ਆ ਨਾ, ਭਾਦੋਂ ਭਾਅ ਜੀ ਭਾਦੋਂ ਭਾਦੋਂ ਸਾਰੇ ਦਸੰਬਰ ਹੁੰਦਾ ਭਾਦੋਂ। ਜਾਂ ਤਾਂ ਕਹਿੰਦੇ ਬਹੁਤ, ਕਹਿੰਦੇ ਬੜੀ ਚੰਚਲ ਜੀ ਸੀਗੀ, ਜਾਂ ਤਾਂ ਲਾਡਲੀ ਸੀਗੀ, ਹਾਂ ਜਾਂ ਤਾਂ ਬੰਦੇ ਨੂੰ ਖਾ ਕਰਦੀ ਕਹਿਣ ਤੋਂ ਭਾਵ ਮੀਂਹ ਮੀਂਹ ਮੀਂਹ, ਜਾਂ ਤਾਂ ਕਹਿੰਦੇ ਗਰਮੀ ਇੱਦਾਂ ਦੀ ਪੈਂਦੀ ਬੰਦੇ ਦੇ ਚਿਪ ਚਿਪ ਪਸੀਨਾ, ਓ ਮਾਈ ਗੋਡ ਵਾਲਾ। ਬਸ ਉਹੀ ਗੱਲ ਆ, ਇੱਕ ਦੂਜੇ ਤੋਂ ਸਮੈਲ, ਪਰ ਦੂਜੇ ਬੰਦੇ ਨੂੰ ਬੰਦਾ ਕਹਿ ਨਹੀਂ ਸਕਦਾ ਕਿਉਂਕਿ ਆਪਣੇ ਚੋਂ ਵੀ ਆਉਂਦੀ ਹੁੰਦੀ ਹੈ। ਭਾਜੀ ਫਿਰ ਹੁਣ ਤੁਸੀਂ ਵੱਡੇ ਭਰਾ ਆ, ਵੱਡੇ ਭਰਾ ਆ ਤੁਸੀਂ ਭਾਜੀ, ਮਨੀ ਪਰਫਿਊਮ ਵੀ ਜੇਬ ਚ ਹੁਣ ਕਰੀਏ ਕਿ ਭਾਈ ਨਹੀਂ ਉਹ ਵਿੱਚ ਪਿਆ ਭਾਜੀ, ਉਹਦੋਂ ਦੁਏ ਦਾ ਭਾਅ ਵੀ ਕਿਹੜਾ ਫਲੇਵਰ ਦਿੱਤਾ, ਸਾਲਾ ਪਾਨ ਵਾਲਾ ਲਿਆ ਪਰਫਿਊਮ ਵੀ ਪਾਨ ਵਾਲਾ, ਉਹ ਖਾਣੇ ਵਾਲਾ ਕਹਿੰਦਾ ਮੰਮੀ ਕਹਿੰਦੇ ਪਾਨ ਕੌਣ ਖਾਂਦਾ, ਉਹ ਮੈਂ ਕਿਹਾ ਪਰਫਿਊਮ ਇਹਦਾ ਪਾਨ ਵਾਲਾ ਸਾਲੇ ਦਾ, ਪਰਫਿਊਮ ਵੀ ਪਾਨ ਵਾਲਾ ਕੌਣ ਮੁੰਡੇ ਆ ਦੇਖ ਕੇ ਲੱਗਦਾ। ਠੰਡਾ ਪੀਣਾ ਅੱਜ ਪੀ ਲੈਂਦੇ ਹਾਂ, ਗਰਮੀ ਬਹੁਤ ਹੈ, ਪੀਣਾ ਐਨਰਜੀ ਡਰਿੰਕ ਪਿਲਾ ਦਿੰਦੇ ਹਾਂ ਤੁਹਾਨੂੰ। ਹੋਰ ਵੀਰੇ ਸਤਿ ਸ਼੍ਰੀ ਅਕਾਲ, ਉਹ ਦੂਜੀ ਰੈੱਡ ਬੁੱਲ ਹੈਗੀ, ਰੈੱਡ ਬੁੱਲ ਨਹੀਂ ਹੈਗੀ ਬਈ, ਐਮ ਸੀ ਟੀ ਹੈ, ਉਹ ਦੇ ਦੇ ਵੀਰੇ ਦੇ।
ਭੂਮਾ ਬਹੁਤ ਪੀਂਦਾ ਹੁੰਦਾ MC2 MC2 ਲਵਰ ਬਸ ਵੀ ਉਹੀ ਆਪਾਂ ਵੀ ਫੈਨ ਹੋ ਗਏ ਇੱਦਾਂ ਕਹੀ ਯਾਰ ਦੇਰੇ ਜਾਣ ਦੋ ਬਸ ਕੋਈ ਨੀ ਬਾਅਦ ਕਰ ਲਾਂਗੇ ਭਾਜੀ ਤੇ ਬਾਅਦ ਚ ਲੈਣੀ ਆ ਉਹ ਇਕੱਠੇ ਲੈ ਜਾਣੀ ਆ ਹੋਰ ਸਿਹਤ ਤਾਂ ਠੀਕ ਆ ਠੀਕ ਆ ਭਾਜੀ ਚੱਲ ਠੀਕ ਆ ਜਾਣ ਮਿਹਰਬਾਨੀ ਲਓ ਵੀ ਕਹਿੰਦਾ ਐਸਾ ਹੋਇਆ ਨਹੀਂ ਹੋ ਕਦੇ ਤੇ ਮਾਰਾ ਟਰਨ ਮੈਂ ਜਦੇ ਐਸਾ ਹੋਇਆ ਨਹੀਂ ਹੋ ਕਦੇ ਮਾਰਾ ਟਰਨ ਮੈਂ ਜਦੇ ਤੇ ਗੱਡੀ ਗੁਰੂ ਘਰੇ ਰੁਕੇ ਬਿਨਾਂ ਲੰਘੀ ਬਸ ਆਹੀ ਗੱਲ ਚੰਬਰ ਦੀ ਚੰਗੀ ਪਰਮਾਤਮਾ ਤੁਹਾਨੂੰ ਸਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤੀ ਬਖਸ਼ੇ ਤਰੱਕੀਆਂ ਬਖਸ਼ੇ ਜੁਗ ਜੁਗ ਜੀਓ ਕੱਟ ਦੋ ਸਾਲੇ ਗੱਡੀਆਂ ਕਲੀਅਰ ਕਰਾਉਂਦੇ ਫਿਰਦੇ ਆ ਇੱਕ ਦਿਨ ਇਹ ਅੰਕਲ ਉਹੀ ਆ ਅੰਕਲ ਘੂਰੀ ਬਹੁਤ ਕੱਢੀ ਜਾਵੇ ਮੈਂ ਕਿਹਾ ਚਲੋ ਅਸੀਂ ਪੁਲਿਸ ਵਾਲੇ ਆ ਕੱਢ ਸਕਦੇ ਆ ਮਾਣ ਆ ਚਲ ਫਿਰ ਮੈਂ ਗੱਡੀ ਪਰੇ ਕਰ ਲਈ ਹੈ ਨਾ ਬਾਅਦ ਚ ਮੈਂ ਉਤਰ ਕੇ ਨਾ ਭਾਬੀ ਤੇਰੀ ਨੂੰ ਉਧਰ ਲੈਣ ਜਾਣ ਲੱਗਾ ਨਾ ਸੜਕ ਪਾਰ ਕੀਤੀ ਤੇ ਹੁਣ ਪਜਾਮੇ ਦੇ ਨਾਲੇ ਦੀ ਗੱਠ ਮਾਰਨੀ ਭੁੱਲੀ ਹੋਈ ਤੇਰੇ ਪਤਾ ਅਸਲਾ ਭਾਰੀ ਅੰਕਲ ਦੇ ਪੈਰਾਂ ਚ ਜਦੋਂ ਉਤਰਿਆ ਨਾ ਉਹ ਅੰਕਲ ਹੁਣ ਏਦਾਂ ਪੁੱਛ ਵੀ ਨੀ ਸਕਦੇ ਉਹ ਦੇਖਣ ਨੂੰ ਏਦਾਂ ਲੱਗੇ ਜਦੋਂ ਦੋ ਨੰਬਰ ਕਿਉਂਕਿ ਉਹ ਕਾਰਤੂਸ ਇੰਨੇ ਬਾਹਰ ਆਏ ਹੋਏ ਤੇ ਅੰਕਲ ਮੇਰੇ ਪਿੱਛੇ ਪਿੱਛੇ ਗੱਡੀ ਪਿੱਛੇ ਲਾ ਲਈ ਤੇ ਭਾਬੀ ਤੇਰੀ ਕਹਿੰਦੀ ਪਿੱਛੇ ਆਉਂਦੇ ਪੁਲਿਸ ਵਾਲੇ ਮੈਂ ਕਿਹਾ ਉਹਨਾਂ ਨੂੰ ਵਹਿਮ ਪੈ ਗਿਆ ਆ ਪਰ ਉਹ ਅੰਕਲ ਮੈਨੂੰ ਪੁੱਛਿਆ ਨਹੀਂ ਪਰ ਇੰਨਾ ਗੁੱਸੇ ਨਾਲ ਦੇਖਦਾ ਨਾ ਮੇਰੇ ਵੱਲ ਅੱਜ ਕੱਲ੍ਹ ਆਹ ਅੰਕਲ ਨਹੀਂ ਗਾ ਉਹ ਰਾਤ ਡਿਊਟੀ 'ਤੇ ਹੁੰਦਾ ਸਰਦਾਰ ਅੰਕਲ ਇੰਨਾ ਜ਼ਿਆਦਾ ਗੁੱਸੇ ਨਾਲ ਦੇਖਦਾ ਨਾ ਜਿਹਦੀ ਮਰਜ਼ੀ ਸਾਨੂੰ ਆਹ ਭੈਣ 'ਚ ਜਾਨ ਹੀ ਕੱਢਤੀ ਉਸ ਦਿਨ ਲਾਈਸੈਂਸ ਦਿਖਾ ਦਿੰਦੇ ਉਹ ਨਹੀਂ ਉਹ ਤਾਂ ਯਾਰ ਬੰਦੇ ਨੂੰ ਆਪ ਚਾਹੀਦਾ ਕਿ ਜਦੋਂ ਡਿੱਗ ਫਿਰ ਚੱਕ ਲਿਆ ਹੁਣ ਉਹ ਗੱਲ ਖਤਮ ਹੋ ਗਈ ਮੈਂ ਕਿਹੜਾ ਜਾਣ ਕੇ ਕੱਢਿਆ ਆ ਪਜਾਮੇ ਚ ਨਾਲਾ ਇੱਥੇ ਗੱਠ ਮਾਰਨੀ ਭੁੱਲੀ ਕਿੰਨੀ ਬੇਇੱਜ਼ਤੀ ਵਾਲੀ ਗੱਲ ਆ ਭੈਣ ਚੋ ਤਾਂ ਹੈ ਵੀ ਕਿੱਡਾ ਭਾਰ ਫੜਕ ਦੇਣੀ ਅੰਕਲ ਦੇ ਪੈਰਾਂ ਚ ਹਾਸਾ ਹੋਇਆ ਅੰਕਲ ਨਾ ਪੁੱਛਣ ਜੋਗਾ ਮੈਗਜ਼ੀਨ ਇੰਨੀ ਤੋਂ ਬਾਹਰ ਆ ਉਹ ਫਿਰ ਬੰਦੇ ਨੂੰ ਹੁੰਦਾ ਭੈਣ ਚੋ ਏਡੀ ਵੀ ਕਹੋ ਤੇ ਮੈਗਜ਼ੀਨ ਏਡੀ ਵੱਡੀ ਪਾਈ ਫਿਰਦੇ ਆ ਪਰ ਗੱਲ ਇਹ ਚੌਂਕ ਦਾ ਕੋਈ ਮੁੱਲ ਥੋੜੇ ਹੁੰਦਾ ਮੇਰੇ ਪਿੱਛੇ ਗੱਡੀ ਵੀ ਲਾਈ ਉਹ ਤਾਂ ਭਾਬੀ ਤੇਰੀ ਨੇ ਕਿਹਾ ਤੋਰੋ ਗੱਡੀ ਤੋਰੋ ਨੀ ਮੈਂ ਤਾਂ ਰੋਕਣ ਡਿਆ ਚਲੋ ਜੇ ਅੰਕਲ ਜੀ ਨੇ ਬਲੌਗ ਦੇਖ ਲਿਆ ਡਾਊਟ ਕਲੀਅਰ ਹੋ ਗਿਆ ਉਹਨਾਂ ਦਾ
ਮੈਨੂੰ ਕੀ ਜ਼ਰੂਰਤ ਸੀਗੀ ਤੁਹਾਡੇ ਮੂਹਰੇ ਕੱਢਣ ਦੀ? ਓਦਾਂ ਹੀ ਹੁਣ ਫੈਮਿਲੀ ਮੇਰੀ ਨਾਲ ਆ, ਮੈਂ ਉਹਨਾਂ ਨੂੰ ਤਾਂ ਸਿਕਿਓਰ ਰੱਖਣਾ ਹੀ ਆ ਨਾ, ਪਰ ਹੁਣ ਭਾਵੇਂ ਪਜਾਮਾ ਪਾਇਆ ਭਾਵੇਂ ਕੈਪਰੀ ਪਾਈ ਨਾਲ ਤਾਂ ਰੱਖਣਾ ਪੈਣਾ ਤੇ, ਪਰ ਸਾਲਾ ਥੋੜੇ ਬਾਹਰ ਨੂੰ ਹੁੰਦੇ ਨਾ ਏਦਾਂ ਗੁਲਾਈ ਜਾਂਦੇ, ਪਜਾਮਾ ਸਾਲਾ ਥੱਲੇ ਨੀ ਡਿੱਗਣਾ ਜਿੰਨਾ ਮਰਜ਼ੀ ਭਾਰ ਪਾਇਆ। ਮੈਂ ਕਈਆਂ ਦਾ ਦੇਖਿਆ ਹੁਣ ਕੁੜੀਆਂ ਐਕਸਰਸਾਈਜ਼ ਲਾਉਂਦੀਆਂ, ਲਾ ਲਾ ਕਈਆਂ ਦੇ ਵਾਧੂ ਬਹੁਤ ਆ ਮੁੰਡਿਆਂ ਦੇ, ਮੁੰਡਿਆਂ ਦੇ ਬਹੁਤ, ਮੇਰੇ ਵੀ ਸਾਲੇ ਪਿੱਛੇ ਨੂੰ ਕਾਫੀ ਆ ਇੰਨੀ ਇੰਨੀ ਲੈ ਲਓ ਥੋੜੇ ਜਿਹਾ ਬਚਾ ਕਰੀ ਤੁਹਾਡੇ ਨਾਲ ਕਿਹੜਾ ਕੋ ਬੰਡਿਆ, ਚੇਂਜ ਨਹੀਂ ਨਾ ਹੁੰਦੇ, ਚੇਂਜ ਹੁੰਦੇ ਹੁੰਦੇ ਮੈਂ ਤੈਨੂੰ ਭਾਰ ਦੇ ਦੇਣਾ ਥੋੜਾ। ਨਹੀਂ ਨਹੀਂ ਭਾਰ ਨਹੀਂ ਲੈਣਾ, ਭਾਰ ਇੰਨਾ ਤੁਹਾਡਾ ਲਾਉਣ ਡਿਆ ਜ਼ੋਰ ਘਟਾਉਣ ਡਿਆ ਆ ਤੇ ਉਹਦਾ ਮੈਂ ਆਪਣਾ ਕੱਦ ਘਟਾ ਦੇਣਾ ਸੀ, ਮੈਂ 6-2 ਤੇ ਲਿਆਉਣੇ ਤੈਨੂੰ ਥੋੜਾ ਕਰ ਦਿੰਦੇ ਭਾਜੀ। ਇਹ ਇਹ ਚੀਜ਼ ਜ਼ਰੂਰੀ ਸੀ ਕਿਉਂਕਿ ਕੱਦ ਤੇ ਪੱਦ ਕੇ ਦਾ ਵੱਡਾ ਹੁੰਦਾ। ਸਹੀ ਗੱਲ ਹੈ, ਕੱਦ ਤੇ ਪੱਦ ਨਹੀਂ, ਪੱਦ ਤਾਂ ਫਿਰ ਵੀ ਹੋ ਜਾਂਦਾ, ਪੱਦ ਵੀ ਭਾਜੀ ਕਈਆਂ ਦਾ ਪੌਂ ਵੱਜੇ ਵਾਂਗੂ ਵੱਜਦਾ ਜਿਹੜੇ ਹੁੰਦੇ ਨੀ ਟੋਕਰੇ ਜਿਹੜਾ ਮੂੰਹ ਹੁੰਦਾ ਜਿਹੜਾ ਵੱਜਦਾ, ਉਹ ਤਾਂ ਗਿੱਲੀਆਂ ਜੀਆਂ ਪੱਦੀਆਂ ਭਾਜੀ ਫਿਰ ਉਹ ਜਿੱਦਾਂ ਦਾ ਮੌਸਮ ਹੈ ਉਸ ਹਿਸਾਬ ਨਾਲ ਮਾਰੀਦੇ ਆ। ਚਲੋ ਆਪਾਂ ਥਾਰ ਰੌਕਸ ਦੇ, ਥਾਰ ਰੌਕਸ ਦਾ ਰਿਵਿਊ ਮੈਨੂੰ ਬਾਲਾ ਨਹੀਂ ਪਤਾ, ਉਦਾਂ ਮੈਂ ਵੀਡੀਓ ਚ ਦੇਖਿਆ, ਬਾਕੀ ਭਾਜੀ ਤੁਸੀਂ ਗੱਲ ਕਰੋ ਅੱਗੇ, ਆਪਾਂ ਦਵਾਂਗੇ ਮਿਲੇ ਦੇਖਣ ਨੂੰ ਤਾਂ ਮਿਲੇ। ਜਦੋਂ ਭੂਮਾ ਗੱਲ ਕਰਦਾ ਕਰਦਾ ਭੁੱਲ ਗਏ ਕਿਵੇਂ ਕਹਿੰਦਾ, ਇਹਦੇ ਅੱਗੇ ਬੋਲ ਇਹਦੇ ਅੱਗੇ ਤੂੰ ਦੱਸ ਦੇ ਗੱਲ ਵਾਲੀ, ਸਾਨੂੰ ਵੀ ਨਹੀਂ ਪਤਾ ਹੁੰਦੀ ਇਹਨੇ ਕੀਤੀ ਕਿਹੜੀ ਕਿਹੜੀ ਆ ਤੇ ਅਸੀਂ ਕਿਹੜੀ ਦੱਸਣੀ ਆ। ਨਹੀਂ ਥਾਰ ਤੇ ਬਹੁਤ ਚਿਰ ਦੀ ਆਖਿਆ, ਸੋਹ ਲੱਗੇ, ਮੈਂ ਇਹੀ ਸੋਚਿਆ ਸੀਗਾ ਲੈਣੀ ਹੋ ਦਵਾਂ ਜਦੋਂ 5-3 ਉਹ ਸਾਡੀ 5 ਵਾਲੀ ਆ ਗਈ, ਹੁਣ ਆਉਣੇ ਸਿਆਪਾ ਆ, ਉਧਰ ਕੋਠੀ ਤੇ ਬਹੁਤ ਪੈਸੇ ਖਰਚ ਹੁੰਦੇ ਆ, ਉਧਰ ਇੱਕ ਚੀਜ਼ ਬੁੱਕ ਕਰਾਈ ਆ, ਉਹ ਤਾਂ ਮੈਂ ਕਹਿੰਦਾ ਹਲੇ ਆਵੇ ਹੀ ਨਾ, ਆਵੇ ਨਾ ਜੇ ਸੱਚੀ ਕਰਾਈਏ ਪੈਸੇ ਟਾਈਮ ਉਦੋਂ ਨੂੰ ਲੱਗਣਾ ਆ, ਬਾਕੀ ਓਏ ਕੋਈ ਛੱਡੋ ਬਾਤ ਦੀ ਗੱਲਾਂ, ਉਧਰ ਲਿਮਟਾਂ ਤੇ ਚੱਕ ਚੱਕ ਕੰਮ ਘਮਾਈਦਾ ਆ ਤੇ ਉਧਰ ਸਾਡਾ ਕੈਨੇਡਾ ਵਾਲਾ ਵੀ ਵਾਪਸ ਆਉਣ ਨੂੰ ਫਿਰਦਾ ਆ ਤੇ ਬਸ ਸਾਰੇ ਪਾਸੇ ਹੱਥ ਖੜੇ ਖੜੇ ਆ। ਪਰਮਾਤਮਾ ਆ, ਕਦੀ ਬੰਦਾ ਇਹ ਨਾ ਕਹੇ ਮੈਂ ਤਾਂ ਹੈ ਹੀ ਨਹੀਂ, ਰੱਬ ਦਿੰਦਾ ਹੀ ਨਹੀਂ, ਹਮੇਸ਼ਾ ਕਹੇ ਠੀਕ ਆ ਸਰ ਜਾਣ। ਅਜੇ ਆਪਾਂ ਫਿਰ ਮੋੜਨ ਲੱਗੇ ਪਿੱਛੇ ਨੂੰ, ਨਹੀਂ ਪਾ ਸਿੱਧਾ ਜਾਣਾ ਆਪਾਂ ਉਧਰ, ਇੱਧਰ ਤਾਂ ਭਾਜੀ ਮੋਰੇ ਲੈਣ ਆ ਕੇ ਸਕੂਲ ਆ, ਇਹ ਲੈਣ ਨੂੰ ਟੱਪੀ ਨਹੀਂ ਕਿ ਨਹੀਂ। ਅੱਛਾ ਠੀਕ ਹੈ, ਇੱਧਰ ਨੂੰ ਹੈਗਾ ਜਲੰਧਰ ਅਜੇ, ਹਾਂਜੀ ਭਾਜੀ ਜਲੰਧਰ ਇੱਧਰ ਫਿਰ ਸ਼ੁਰੂ ਹੁੰਦਾ ਵੀ ਹੋਰ ਥਾਰ ਰੌਕਸ ਜਾਈਦਾ ਆਪਾਂ, ਜਾਈਦਾ ਬਹੁਤਾ ਜ਼ਿਆਦਾ, ਅਗਰ ਸਿੱਧਾ ਵੀ ਚੱਲ ਜਾਂਦਾ ਬੀਐਮਸੀ ਚੌਂਕ ਉੱਧਰ ਪੁਲਿਸ ਵਾਲੇ ਬਹੁਤ, ਉਹ ਜਲੰਧਰ ਸੋਹਣੀ ਲੱਗਦੀ ਨਾ ਕਾਲੀ, ਬਹੁਤ ਹੀ ਜ਼ਰਾ ਲੱਗਦੀ, ਇਹ ਮੈਨੂੰ ਲੱਗਦਾ ਭਾਈ ਟੇਪ ਜੀ ਕਰਾਈ ਹੈ ਨਾ, ਆਹੋ ਦੇਖੀ ਇਹਨਾਂ ਨੇ ਰੋਕਣੀ ਥੋੜ੍ਹਾ ਕਿਉਂਕਿ ਕਾਲੀ ਆ, ਇਹਨਾਂ ਨੇ ਨਹੀਂ ਰੋਕਣੀ, ਰੋਕ ਲਈ ਵੀ ਰੋਕ ਲਈ, ਸਿਆਣਾ ਬੰਦਾ ਨਿਕਲ, ਪਰ ਆਪਣੇ ਕੋਲ ਨਹੀਂ ਰੁਕਣੀਆਂ, ਡਰਾਈਵਰ ਡਰਾਈਵਰ ਖਿੱਚ ਦੇ ਦੇ ਕਿੱਦਾਂ। ਚੱਲ ਯਾਰ ਹੁਣ ਆਪਾਂ ਚੱਲੀਏ, ਐਵੇਂ ਗੱਲਾਂ ਵਾਧੂ ਕਰਦੇ ਹਾਂ। ਚਲੋ ਜੀ ਮੈਂ ਇੱਧਰੋਂ ਹੁਣ ਆ ਗਿਆ ਦੂਰ ਰਸਤੇ, ਜੇ ਆਪਾਂ ਉੱਧਰ ਦੀ ਘੁੰਮ ਕੇ ਜਾਂਦੇ ਹਾਂ, ਹਾਂਜੀ ਭਾਜੀ, ਤੇ ਗਾਂਹ ਨਾਕਾ ਬਹੁਤ ਤਕੜਾ, ਉਹਨਾਂ ਨੇ ਬਿਨਾਂ ਗੱਲੋਂ ਪੁੱਛਣਾ, ਫਿਰ ਰੌਂਗ ਵੇ ਜਾਂਦੇ ਹਾਂ, ਫਿਰ ਆਪਾਂ ਵੀ ਸਾਲਾ ਫਾਈਨ ਆ ਭਾਜੀ ਯਾਰ, ਚਲੋ ਨਹੀਂ ਨਹੀਂ ਚਲੋ 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 ਜਾ ਸਕਦੇ ਹਾਂ, ਲੱਗ ਗਈ ਇੱਥੇ ਜਾ ਕੇ, ਲੱਗ ਗਈ ਆ, ਪਰ ਉਹ ਗੱਡੀਆਂ ਬਹੁਤ ਗੋਡਿੰਗ ਕਰਾ ਅੱਜ ਗਾ ਦੇ, ਨਹੀਂ ਉੱਥੇ ਤਾਂ ਉੱਧਰ ਤਾਂ ਪਿੱਛੇ ਹੀ ਆ। ਚਲੋ
ਏਜੰਸੀ ਜਾ ਕੇ ਮਿਲਦੇ ਹੁਣ ਆ ਗਈ ਕਾ ਵੀਡੀਓ ਚ ਦੇਖੀ ਹੋ ਯਾਰ ਨਾ ਥਾਰ ਆਈ ਨਾ ਬਲੈਰੋ ਆਈ ਭਾਈ ਜ਼ਿੰਮੇਵਾਰ ਆ ਇਸ ਗੱਲ ਚੱਲ ਯਾਰ ਅੰਦਰ ਚੱਲੀ ਗਏ ਆਉਣੀ ਕਦੋਂ ਆਪਣੇ ਜਲਦੀ ਆ ਰਹੀ ਭਾਈ ਜਲਦੀ ਹੈ ਬਾਹਰ ਆ ਰਹੀ ਹੋਈ ਇੱਥੇ ਆਪਣੇ ਜਲੰਧਰ ਹੈ ਨਹੀਂ ਕਿਤੇ ਜਲਦੀ ਹੈ ਨਹੀਂ ਲੱਭ ਲੈਣੇ ਪਹਿਲਾਂ ਅੰਦਰ ਚੱਲੀਏ ਅੱਛਾ ਇਹ ਚਿੱਕੋ ਹੀ ਕਲਰ ਆਇਆ ਜੀ ਰੋਕਸ ਤਾਂ ਬਾਬੇ ਹੈ ਨਹੀਂ ਹਲੇ ਆਈ 11 ਨੂੰ ਆਊਗੀ 11 ਨੂੰ ਆਈ ਵੀਰੇ ਮਹਾਰਾਜ ਹੋਰ ਵੀਰੇ ਸਤਿ ਸ਼੍ਰੀ ਅਕਾਲ 11 ਨੂੰ ਆਜੂ ਵੀਰੇ ਆਪਣੇ 14 ਤੋਂ ਟੈਸਟ ਡੇ ਸਟਾਰਟ ਆ ਓਕੇ ਸਤੰਬਰ ਚ ਠੀਕ ਆ 3 ਅਕਤੂਬਰ ਤੋਂ ਬੁਕਿੰਗ ਸਟਾਰਟ ਆ ਓਕੇ ਹਲੇ ਬੁਕਿੰਗ ਵੀ ਨਹੀਂ ਕੀ ਬੁਕਿੰਗ 3 ਅਕਤੂਬਰ ਤੋਂ ਰੇਟ ਦਾ ਪਤਾ ਕੁਝ ਰੇਟ ਕਰ ਉਹੀ ਆਨਲਾਈਨ ਜਿਹੜਾ ਆਇਆ ਉਹੀ ਆ ਜੀ 4x2 ਦਾ ਆਨਲਾਈਨ ਤਾਂ ਬਹੁਤ ਘੱਟ ਦੱਸੀ ਜਾਂਦੇ ਆ 4x2 ਦਾ ਆ ਕਿੰਨਾ ਆ ਫੇ ਵੀ ਹੈਗਾ 22 ਤੋਂ ਪਾਰ ਨਹੀਂ ਸਰ ਦੱਸਿਓ ਤਾਂ ਮੈਨੂੰ ਕਿੰਨਾ ਰੇਟ ਹੈ 4x2 ਦੇ ਹਿਸਾਬ ਨਾਲ ਐਸਟੀਮੇਟ ਲਾ ਲਾਂਗੇ 4x4 ਦਾ ਕਿੰਨਾ ਹੋਊ ਰੰਗ ਜੇ ਬਣਾਈ ਹੋਵੇ ਘੈਂਟ ਬਹੁਤ ਲੱਗਦਾ ਬਾਬੇ ਪਰ ਇੱਦਾਂ ਨਹੀਂ ਮੈਂ ਤਾਂ ਦੇਖਣਾ ਹੈ 4x4 ਇੱਕ ਯਾਰ ਬਲੈਰੋ ਵੀਰੇ ਹੋਰ ਵੀ ਆਈ ਹੈ ਮਹਾਰਾਜ ਹੋਰ ਵੀ ਬਲੈਰੋ ਆਈ ਹੈ ਇੱਕ ਬਹੁਤ ਘੈਂਟ ਜੀ ਜਿਹੜੀ ਪਹਿਲੋਂ ਆਉਂਦੀ ਕਲਾਸਿਕ ਜਿਹਨੂੰ ਕਹਿ ਲੋ ਤੇ ਹੋਰ ਹੋਰ ਕੋਈ ਨੀ ਆ ਰਹੀ ਅੱਛਾ ਐਵੇਂ ਬਣਾਈ ਜਾਂਦੇ ਆ ਉਹੀ ਮੈਂ ਕਹਾਂ ਕਿੰਨੀਆਂ ਕੁ ਬਲੈਰੋ ਹੋ ਗਈਆਂ ਇਹ ਵੀ ਬਹੁਤ ਘੈਂਟ ਬਣਾਈ ਸੀ ਬਾਈ ਪਾਣੀ ਦਾ ਪਲਾ ਦੋ ਸਤਿ ਸ਼੍ਰੀ ਅਕਾਲ ਜੀ ਕਿੱਦਾਂ ਹਾਲ ਚਾਲ ਠੀਕ ਹੈ ਵੀਰੇ ਅਤੇ ਬਲੈਰੋ ਦਾ ਵੀ ਰਹਿ ਗਿਆ ਬਲੈਰੋ ਆਹ ਆਉਂਦੀ ਇੱਕ ਅਤੇ ਕਲਾਸਿਕ ਆਉਂਦੀ ਹੈ ਅਤੇ ਬੁਕਿੰਗ ਵੀ ਹਲੇ ਸ਼ੁਰੂ ਨਹੀਂ ਹੋਈ ਥਾਰ ਦੀ ਕਿ ਨਹੀਂ ਵੀਰੇ ਆਹ ਰੰਗ ਬੜਾ ਅਥਰਾ ਜਿਹਾ ਹੈ ਸੀਟਾਂ ਵੀ ਉਸੇ ਕਲਰ ਦੀਆਂ ਇਹ ਤਾਂ ਫਿਰ ਅੱਜ ਗੱਲ ਬਣੀ ਨਹੀਂ ਆਪਣੀ ਥਾਰ ਰੋਕਸ ਇਹ ਤਾਂ ਥਾਰ ਪਹਿਲੀ ਆ ਜਿਹੜੀ ਹੈਗੀ ਆ ਰੋਕਸ ਰੂਕਸ ਤਾਂ ਨਹੀਂ ਆਈ ਆ ਅਤੇ ਜਲੰਧਰ 'ਚ ਤਾਂ ਹੈ ਨਹੀਂ ਬਾਕੀ ਪਤਾ ਨਹੀਂ ਬਾਕੀ ਅਗਲੇ ਸ਼ੋਰੂਮ ਵੀ ਜਾਣੇ ਆ ਐਡੀ ਕੋਈ ਗੱਲ ਨਹੀਂ ਗੱਲ ਬਾਅਦ 'ਚ ਕਰ ਲੈਂਦੇ ਗੱਲ ਬਾਅਦ 'ਚ ਕਰ ਲੈਂਦੇ ਥੋੜ੍ਹਾ ਜਿਹਾ ਬਾਈ ਹੁਣੀ ਖੜ ਗਏ ਆ ਐਨ ਟੋਲੀ ਬਣਾ ਕੇ ਬਾਈ ਥਾਰ ਭਾਵਾਂ ਤੁਹਾਡੇ ਨਹੀਂ ਆਈ ਚਾਹ ਤਾਂ ਬੜਾ ਹੀ ਦਊਂਗੇ ਪੱਕੀ ਗੱਲ ਹੈ ਠੀਕ ਹੈ ਇੱਜਤ ਮਾਣ ਤਾਂ ਕਰੂਗਾ ਯਾਰ ਕਿਹੜੀ ਗੱਲ ਆ ਲਿਬੜੀ ਨੀ ਗੀ ਉਦੋਂ ਤੇਰੇ ਵਰਗੇ ਨੇ ਝਰੀਟਾਂ ਪਾਈਆਂ ਤਾਂ ਏਦਾਂ ਕਹੀ ਜਾ ਟਿੱਚਰਾਂ ਕਰਦਾ ਲੱਗ ਜਾ ਅੱਤ ਕਰਾਈ ਆ ਮੂਹਰੇ ਬਹੁਤ ਘੈਂਟ ਲੱਗਣ ਡਈ ਆ ਇਹ ਕਿਹੜਾ ਰੰਗ ਹੈ ਵੀਰੇ ਇਹਦੀ ਲੁੱਕ ਵੀ ਹੋਰ ਤਰ੍ਹਾਂ ਦੀ ਆ ਮਤਲਬ ਉਹ ਬਾਕੀ ਸਾਰੀ ਸੇਮ ਹੀ ਆ ਇੰਟੀਰੀਅਰ ਦੇ ਵਿੱਚ ਅਰਥ ਐਡੀਸ਼ਨ ਦੇ ਤਾ
ਕੀ ਰੰਗ ਭਰਾ ਆਫ ਰੋਡਿੰਗ ਹੀ ਆ ਸਾਰੀਆਂ ਆਫ ਰੋਡਿੰਗ ਵਾਲੀਆਂ ਹੀ ਆ ਇਹ ਚ ਕਿਹੜਾ ਅਲੱਗ ਦੇ ਕਿਹੜੀ ਗੱਲਾਂ ਕਰਦਾ ਕਹਿੰਦਾ ਭਾ ਭਾਜੀ ਨੂੰ ਪੁੱਛਣ ਡੇ ਆਫ ਰੋਡਿੰਗ ਵਾਲੀ ਆ ਹੋਰ ਕੀ ਸਾਰੀਆਂ ਨਾ ਕਰ ਲਾ ਭਰਾ ਸ਼ੁਰੂ ਹੋ ਜੂਗੀ ਪੱਕਾ ਹਾਂਜੀ ਠੀਕ ਆ ਬੁਕਿੰਗ ਕਿੰਨੀ ਦੇਣੀ ਪਊ ਪਤਾ ਤੇ 4x2 ਦਾ ਕੀ ਰੇਟ ਆ ਭਾਜੀ ਕਹਿੰਦਾ ਉਹ ਪਤਾ ਆ ਨਿਕਲਣਾ ਇੰਨਾ ਹੈ ਨੀ ਗਾ ਕਿਉਂਕਿ 22 ਲੱਖ ਰੁਪਈਏ ਬੇਸ ਮਾਡਲ ਬੇਸ ਮਾਡਲ ਦਾ ਸਭ ਤੋਂ 22 ਤੱਕ ਪਹੁੰਚ ਜਾਣਾ ਕਹਿੰਦੇ ਘਰ ਦੇ ਬਾਅਦ ਚੋਂ ਨਾ ਇਹ ਪੈਟਰੋਲ ਦਾ ਦੱਸਣ ਡਿਆ ਤੁਸੀਂ ਨੈੱਟ ਤੇ ਇਹ ਤਾਂ ਭਾਜੀ ਆ ਹੁਣ ਤੁਸੀਂ ਆਪ ਸੋਚੋ ਇਹਨਾਂ ਦੀ ਇੰਨੀ ਕੀਮਤ ਆ ਇਹ ਤੂੰ ਸਸਤੀ ਤਾਂ ਕੱਢਣ ਨੀ ਲੱਗੇ ਭਾਜੀ ਹੱਲੇ ਵੀ ਨੀ ਮੰਨੇ ਹਲੇ ਹਲੇ ਭੋਤੇ ਪੈਣਾ ਸਾਰਾ ਕੁਛ ਅਫਵਾਹ ਹੀ ਆ ਜੀ ਉਹ ਨੀ ਆ ਰਹੀ ਕੋਈ ਦੋ ਹੀ ਬਲੈਰੋ ਆ ਜਿਹੜੀ ਪਹਿਲੋਂ ਆਉਂਦੀ ਇੱਕ ਉਹ ਇੱਕ ਆ ਨੀਓ ਇਹ ਬਹੁਤ ਚਿਰ ਦੀ ਆ ਰਹੀ ਆ ਇਹ ਤੁਹਾਨੂੰ ਵਿੱਚੋਂ ਦਿਖਾ ਦਈਏ ਦਿਨਾਂ ਜਿਹੜੀ ਉੱਥੇ ਦਿਖਾਈ ਜਾਂਦਾ ਕਿ ਨਵੀਂ ਬਲੈਰੋ ਆਹ ਉਹ ਇਹ ਕਹਿੰਦੇ ਉਹ ਤਾਂ ਕੋਈ ਨਹੀਂ ਆ ਰਹੀ ਮਹਿੰਦਰਾ ਵਾਲੇ ਆਪ ਕਹਿ ਰਹੇ ਕਿ ਨਹੀਂ ਆ ਰਹੀ ਤੇ ਆਪਾਂ ਕਿੱਦਾਂ ਕਹਿ ਦਈਏ ਆ ਰਹੀ ਆ ਤੇ ਬਾਕੀ ਉਹ ਸੋਹਣੀ ਬਹੁਤ ਗੱਡੀ XUV 300 ਦੇਖ ਲਵਾਂ ਵੀਰੇ ਵਾਹ ਜੀ ਵਾਹ ਰੰਗ ਹੀ ਬੜਾ ਸੀਟਾਂ ਦਾ ਸੋਹਣਾ ਕਿਆ ਬਾਤ ਹੈ ਰੰਗ ਹੀ ਬੜਾ ਸੋਹਣਾ ਦਿੱਤਾ ਹੈ ਬਹੁਤਾ ਹੀ ਪਿਆਰਾ ਦਿੱਤਾ ਹੈ ਯਾਰ ਇੱਥੇ XUV ਵੀ ਨਹੀਂ ਖੜੀ ਕੋਈ ਆਪਣੇ ਵੀਰੇ XUV ਵੀ ਕੋਈ ਨਹੀਂ ਖੜੀ ਹੈ ਇਸ ਟਾਈਮ ਕੀ ਚੱਕਰ XUV ਹਾਂ ਦੂਜੇ ਸ਼ੋਰੂਮ ਖੜੀ ਨਾ ਆਪਣੇ ਚਲੋ ਆ ਜਾਓ ਉੱਧਰ ਦੇਖ ਲਈਏ ਯਾਰ ਚਲੋ ਰੌਣਕਾਂ ਦੇਖੋ ਕਿੱਦਾਂ ਲੱਗੀਆਂ ਹੋਈਆਂ ਚਲੋ ਆਪਾਂ ਦੂਜੇ ਸ਼ੋਰੂਮ ਇਹਨਾਂ ਦੇ ਜਾ ਕੇ XUV ਦੇਖ ਲਈਏ ਉਹਦੇ ਵਿੱਚ ਫੀਚਰ ਫਾਚਰ ਚੰਗੇ ਦਿੱਤੇ ਥਾਰ ਵਿੱਚ ਵੀ ਚੰਗੇ ਫੀਚਰ ਦੇ ਦਿੱਤੇ ਕਹਿੰਦੇ ਨਵੀਂ ਚ ਨਾ ਭਾ ਸਨ ਰੂਫ ਵੀ ਆ ਸਕਾਈ ਰੂਫ ਵਾਹ ਜੀ ਵਾਹ ਆਪਣੇ ਪੱਕਾ ਜਲੰਧਰ ਚ ਹੈ ਤਾਂ ਨੀ ਗੀ ਨਾ ਕਿਤੇ ਇਹ ਠੀਕ ਆ ਮੈਂ ਕਿਹਾ ਐਵੇਂ ਲੋਕੀ ਕਹਿਣ ਨਾ ਜਲੰਧਰ ਚ ਤਾਂ ਹੈਗੀ ਆ ਕਰਾ ਵੀਰੇ 20 ਕਰਾ ਆਪਣੀ ਨਾ ਚਾਹ ਕਾਫੀ ਦਾ ਕਿਹਾ ਆ ਪਲਾ ਦਿਓ ਹੈ ਹੋਰ ਨਾ ਕਿਤੇ ਮੈਂ ਕਿਹਾ ਕੈਂਸਲ ਕਰ ਦਿਓ ਨਹੀਂ ਨਹੀਂ ਚਲ ਗਿਆ ਗਾ ਕਾਫੀ ਕੈਂਸਲ ਮੈਂ ਉਹ ਦੇਖਦਾ ਮੈਂ ਕਿਹਾ XUV ਕੋਈ ਖੜੀ ਨਹੀਂ ਯਾ ਬ੍ਰੋ ਆਹ ਵਾਲੀ ਇਹ ਤਾਂ ਵਾਧੂ ਖੜੀਆਂ ਹੁਣ ਇਹ ਹੁਣ ਬੁਕਿੰਗ ਕਿੰਨੀ ਇਹਦੀ ਇਹਦੀ ਕਿੰਨੀ ਆ ਜਲਦੀ ਮਿਲ ਜਾਂਦੀ ਅੱਛਾ ਜੀ ਆਹ ਕਰਾਇਆ ਜਾਂ ਰੰਗ ਆ ਰਿਹਾ ਮੈਟ ਆ ਕਿਆ ਬਾਤ ਆ
ਨਹੀਂ ਸੱਚੀ ਬਹੁਤ ਘੈਂਟ ਹੈ, ਤੂੰ ਤਾਂ ਕੁਛ ਵੀ ਕਹੇਗਾ ਪਰ ਵੀਡੀਓ ਵਿੱਚ ਜਿੱਦਾਂ ਦੀ ਮਰਜ਼ੀ ਲੱਗਦੀ ਹੋਵੇ ਪਰ ਅਲੱਗ ਜਿਹਾ ਰੰਗ ਦਿੱਤਾ। ਇੱਕ ਤਾਂ ਲਾਲ ਲੱਗੀ ਜਾਂਦਾ, ਮਰੂਨ ਲੱਗੀ ਜਾਂਦਾ, ਹੋਰ ਹੀ ਆ ਗਏ। ਆਹ ਖੁੱਲੀ ਹੈ ਵੀਰੇ, ਇਹਦੀ ਤਾਂ ਸਾਰੀ ਫਿਰ ਸਕਰੀਨ ਜੀ ਚੱਲਦੀ ਨਾ, ਇਹ ਤਾਂ ਫਿਰ ਸਿਰੇ ਹੀ ਬਣਾਈ ਹੋਈ ਹੈ। ਇਹਦੇ ਵਾਂਗੂ ਭਾਅ ਫੀਚਰ ਦਿੱਤੇ ਆ ਥਾਰ 'ਚ, ਇਹਦੇ ਵਾਂਗੂ ਪਾਣੀ ਦਾ ਕਿਹੋ ਪਲੀਜ਼। ਬੈਠੋ ਜੀ ਭਾਜੀ ਬੈਠੋ, ਵੀ ਡਰਦੇ ਕਹਦੇ ਆ, ਇਹਦੇ ਵਿੱਚ ਬਹੁਤ ਅੱਤ ਕਰਾਈ ਹੋਈ ਜਦੋਂ ਨਵੀਂ ਨਵੀਂ ਆਈ ਨਾ। ਹਾਂ ਪਾਇਆ, ਲੋਕੀ ਬਹੁਤ ਲੈਂਦੇ ਆ, ਜਿੱਦਾਂ ਹੱਥ ਛੱਡ ਕੇ ਚਲਾ ਕੇ ਨੀ ਦਿਖਾਉਂਦੇ। ਸਾਡੀ ਗੱਡੀ ਆਪ ਚੱਲ ਰਹੀ ਆ, ਸਟਾਰਟ ਕਰ ਇਹਨੂੰ, ਬ੍ਰੇਕ ਮਾਰ, ਆ ਦੱਬ, ਵਾਹ। ਇਹ ਵੀਰੇ 4x4 ਆ ਕਿੱਦਾਂ?2 lakh rupees ਦੀ ਇਹ, ਪਹਿਲਾਂ 29 lakh ਦਾ ਔਨ ਰੋਡ ਪੈਂਦਾ ਸੀ, ਹੁਣ ਤੁਹਾਨੂੰ 27 lakh ਦਾ ਪਏਗਾ। ਬੱਲੇ ਬੱਲੇ ਬੱਲੇ। ਤੇ ਬੁਕਿੰਗ ਦਾ ਤਾਂ ਨਹੀਂ ਕੁਛ? ਬੁਕਿੰਗ ਭਾਜੀ ਮਿਲ ਜਾਏਗੀ, ਹੁਣ ਜਲਦੀ ਮਿਲ ਜਾਂਦੀ। ਫੇ ਵੀ ਕਿੰਨੇ ਚਿਰ 'ਚ? ਵਿਦ ਇਨ ਵੀਕ ਦੇਣਾਗੇ ਭਾਜੀ। ਵੈਰੀ ਗੁੱਡ ਵੀਰੇ, ਜੇ ਕਿਸੇ ਨੇ ਲੈਣੀ ਭਾਜੀ ਉਹਨਾਂ ਨਾਲ ਜ਼ਰੂਰ ਸੰਪਰਕ ਕਰਿਓ। ਖਾਲਸਾ ਕਾਲਜ ਜਲੰਧਰ, ਸਾਹਮਣੇ ਨੰਬਰ ਬੋਲ ਦਿਓ ਵੀਰੇ ਆਪਣਾ, 8427072250 ਕਰ ਲਿਓ ਭਾਅ ਉਹਨਾਂ ਨਾਲ ਕੰਟੈਕਟ, ਅਤੇ ਹਫ਼ਤੇ ਵਿੱਚ ਤੁਹਾਨੂੰ ਗੱਡੀ ਦਵਾ ਦੇਣਗੇ। ਮੈਂ ਤਾਂ ਉੱਧਰ ਕੁਦਰਤੀ ਆ ਗਿਆ, ਮੈਨੂੰ ਤਾਂ ਲੱਗਦਾ ਕਿ ਕਾਫ਼ੀ ਟਾਈਮ ਮਿਲਦੀ ਨਹੀਂ ਗੱਡੀ, ਪਰ ਨਹੀਂ ਬ੍ਰੇਕ ਤਾਂ ਦੱਬ ਸਟਾਰਟ ਕਰੇਗਾ ਤਾਂ ਲਿਆ ਕੀ ਚਾਬੀ, ਚੱਲ ਪਾ ਲੈ ਚਾਬੀ, ਔਨ ਕਰ ਰਹਾ ਦੇਖੀਏ ਖੁੱਲ ਗਈ। ਵੈਰੀ ਵੈਰੀ ਗੁੱਡ, ਇੱਕ ਤਾਂ ਬਾਲਾ ਖੁੱਲ੍ਹਾ ਦਿੰਦੇ ਡਰਾਈਵਰ ਦਾ, ਇੰਨਾ ਖੁੱਲ੍ਹਾ ਨਹੀਂ ਗਾ ਇੰਨਾ। ਇੱਕੋ ਬਟਨ, ਜੇ ਕਿਸੇ ਨੇ ਵੀ ਲੈਣੀ ਐਕਸ ਯੂ ਵੀ ਜ਼ਰੂਰ ਬਾਈ ਨਾਲ ਸੰਪਰਕ ਕਰ ਲਿਓ, ਅਤੇ ਹਫ਼ਤੇ ਦੇ ਅੰਦਰ ਅੰਦਰ ਦਵਾ ਦੂਗਾ। ਅਤੇ ਬਾਕੀ ਜਿਹੜੀ ਆਪਾਂ ਲੈਣੀ ਉਹ ਹਾਲੇ ਨਹੀਂ ਆਈ, ਜਾਂ ਦੇਖਣੀ ਸੀ ਜਾਂ ਰਿਵਿਊ ਦੇਣਾ ਸੀ ਜਾਂ ਕੁਛ ਵੀ ਕਹਿ ਸਕਦੇ ਹਾਂ, ਉਹ ਹੈ ਨਹੀਂ ਆ ਜਲੰਧਰ 'ਚ। ਅਤੇ ਬਲੈਰੋ ਦਾ ਐਵੇਂ ਰੌਲਾ ਹੀ ਆ, ਬਲੈਰੋ ਦੇਖੀ ਆ ਐਵੇਂ ਦਿਖਾਈ ਜਾਂਦੇ ਆ ਕਿ ਬਲੈਰੋ ਆ ਆ ਗਈ, ਬਲੈਰੋ ਉਹ ਆ ਗਈ, ਬਲੈਰੋ ਆ ਗਈ, ਰੂਬੀਕੌਨ ਨਾ ਆ ਗਈ, ਹੈ ਨਹੀਂ ਹੈ ਯਾ ਕੁਛ। ਅਜੇ ਜੋਕ ਕਰਦੇ ਆ, ਜੋਕ ਜਸਟ ਜੋਕ ਮੈਨ, ਪਰ ਦਿਖਾਉਂਦੇ ਜਿਹੜੀ ਉਹ ਹੈ ਬੜੀ ਖਰੀ ਦਿਖਾਉਂਦੇ ਆ ਨਾ। ਚੱਲ ਕੋਈ ਹੋਈ ਹੈ ਤੂੰ ਮੋਡੀਫਿਕੇਸ਼ਨ ਕਿਸੇ ਉਹਦੀ ਕੀਤੀ ਹੈ ਘੱਟ ਵੱਧ ਕਰਕੇ, ਉਹ ਤਾਂ ਉਦੋਂ ਹੀ ਠੀਕ ਉਦੋਂ ਹੀ ਐਵੇਂ ਕਰ ਜਾਂਦੇ ਨੇ। ਨਹੀਂ ਉਹਦਾ ਬਲੈਰੋ
ਬਲੈਰੋ ਆਉਣੀ ਆ ਵੀਰੇ? ਪਹਿਲੇ ਸਾਲ ਖੰਡ ਲੱਗ ਜਾਣਾ ਯਾਰ, ਜੇ ਆਉਣੀ ਵੀ ਹੋਵੇ ਸਾਲ ਲੱਗ ਜਾਣਾ ਫੇਰ ਵੀ ਯਾਰ, ਹਲੇ ਪਤਾ ਨੀ ਕਿਹੜੇ ਦੇਸ਼ ਚ ਆਈ ਹੋਣੀ ਆ ਜਾਂ ਕਿੱਦਾਂ ਆਈ ਹੋਣੀ ਆ, ਇੱਥੇ ਥੋੜ੍ਹਾ ਲੈ ਜੂ ਹੁਣ ਲਾ ਲਾ ਫੋਰਡ ਹੈ ਹੀ ਨੀ ਇੱਥੇ, ਹੁਣ ਬਾਹਰ ਦਿਖਾਈ ਜਾਂਦੇ ਆ ਡਰਾਈਵਰ ਆ ਗਏ ਉਹ ਆ ਗਈ, ਫਾਇਦਾ ਥੋੜ੍ਹਾ ਹੋਵੇ ਉਹ ਵੀ ਮਿੱਤਰੋ। ਤੇ ਹੁਣ ਆਪਾਂ ਮਿਲਦੇ ਹਾਂ ਵੀਰੇ 14 ਨੂੰ। ਬਹੁਤ ਵਧੀਆ ਭਾ ਨਾਲ ਕੰਟੈਕਟ ਕਰ ਲਿਓ ਜਿਹਨੇ ਲੈਣੀ ਆ ਐਕਸ ਯੂ ਵੀ, ਤੇ ਬਾਕੀ ਇਹ ਵੀ ਚੱਲੀਏ ਹੁਣ ਜ਼ਰੂਰ ਜ਼ਰੂਰ ਵੀਰੇ, ਮੈਂ ਆਉਣਾ 3 ਨੂੰ ਵੀ ਆਉਣਾ, 13 14 ਨੂੰ ਵੀ ਆਉਣਾ, ਜਦੋਂ ਮਰਜ਼ੀ ਬਣ। ਓਕੇ ਵੀਰੇ, ਸਤਿ ਸ਼੍ਰੀ ਅਕਾਲ, ਚੰਗਾ ਭਾ ਉਹਨਾ ਆ ਜਾ ਨਾ ਭਰਾ ਆਇਆ ਤੂੰ ਮੇਰਾ, ਚਲੋ ਠੀਕ ਆ ਭਾ। ਓਕੇ ਵੀਰੇ ਸਤਿ ਸ਼੍ਰੀ ਅਕਾਲ। ਦੇਖਿਆ ਲੱਗਦਾ ਇਹ ਤਾਂ, ਇਹ ਕਿੱਧਰੋਂ ਉਹ ਕਿੱਦਾਂ ਸਾਬੀ ਗੱਲ ਪੰਜਾਬੀ ਇੱਧਰ ਹੱਥ ਮਿਲਾ ਲਾ ਭਾਜੀ ਨਾ ਵੀ ਹੋਰ ਵੀਰੇ ਸਤਿ ਸ਼੍ਰੀ ਅਕਾਲ। ਉਸ ਦਿਨ ਤਾਂ ਕਿੱਦਾਂ ਆ ਕੁੰਡਲ ਪਵਾਏ ਆ ਪੂਰੇ ਐਨ ਘੈਂਟ ਵਾਲੇ? ਨਹੀਂ ਇਹਦੇ ਕੁਦਰਤੀ ਆ, ਕੁਦਰਤੀ ਆ। ਹੋਰ ਵੀਰੇ ਸਤਿ ਸ਼੍ਰੀ ਅਕਾਲ ਭਾਈ, ਹੋਰ ਮੇਰਾ ਭਰਾ ਕੀ ਹਾਲ ਨੇ ਵੀਰੇ? ਬਾਹਰ ਚੋਂ ਕਿੰਨੇ ਜਾਣੇ ਨਿਕਲੇ ਆ? ਹਾਂਜੀ ਇੱਕੋ ਥਾਰ ਤੇ ਨੇ ਜਾਣਾ, ਭੇਜਦੇ ਨਹੀਂ ਕਿਤੇ ਮੈਨੂੰ ਇਕੱਲੇ ਨੂੰ, ਹੈਂ ਇਕੱਲਾ ਜਾਣਾ ਨਹੀਂ ਕਿਤੇ। ਕੀ ਸੌਕਿਆ? ਹੈਂ ਸੌਕਿਆ, ਤੁਹਾਨੂੰ ਪਤਾ ਹੀ ਆ। ਤੂੰ ਕਿੱਦਾਂ ਹੋਰ ਵੀਰੇ ਕਿੱਦਾਂ ਯਾਰ, ਠੀਕ ਆ? ਕਿੱਦਾਂ ਭਾਜੀ ਸਤਿ ਸ਼੍ਰੀ ਅਕਾਲ ਜੀ। ਹੱਲੇ ਥਾਰ ਚ ਕਿੰਨੇ ਜਾਣੇ ਵਸ ਗਏ? 5 ਜਣੇ। ਅੱਡੀ ਵੈਣ ਨੂੰ ਘੁੰਮ ਘੁਮਾ ਕੇ ਆ ਗਏ ਪਿੰਡਲ, ਤੇ ਅਸੀਂ ਮਹਿੰਦਰਾ ਵਾਲਿਆਂ ਦੇ ਚਾਹ ਕਾਫੀ ਪੀ ਕੇ ਆ ਗਏ। ਆ ਇੱਕ ਭਰਾ ਸਾਡਾ ਆਇਆ, ਇਹ ਮੈਨੂੰ ਕਹਿਣ ਡਿਆ ਕਿ ਚਾਹ ਕਾਫੀ ਪੀਨੇ, ਮੈਂ ਕਿਹਾ ਘਰੇ ਚੱਲਦੇ ਆ, ਕਹਿੰਦਾ ਨਹੀਂ 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 ਘਰੋਂ ਚਾਹ ਕਾਫੀ ਨਹੀਂ, ਜਲੰਧਰ ਹਾਈਟਸ 1-2 ਦੇ ਉਪਲਾ ਉੱਥੇ ਸਾਲਾ ਜ਼ਿਆਦਾ ਸਵਾਦ ਹੈ। ਤੁਹਾਡਾ ਪਿਆਰ ਹੀ ਆ ਉਹ, ਤੈਨੂੰ ਯਾਰ ਇਕੱਲਾ ਸਾਹਮਣਾ ਤੈਨੂੰ ਔਖੇ, ਤੁਸੀਂ ਤਾਂ ਹੁਣ 5-7 ਜਣੇ ਆ ਗਏ। ਚੱਲ ਯਾਰ ਬਾਕੀ ਪਿੰਡ ਫੁੱਲੜੀ ਵਾਲ 'ਚ ਤੁਹਾਡਾ ਸਵਾਗਤ ਹੈ, ਕਿਉਂਕਿ ਉੱਥੋਂ ਪਿੰਡ ਫੁੱਲੜੀ ਵਾਲ ਸ਼ੁਰੂ ਹੋ ਜਾਣਾ। ਫੁੱਲੜੀ ਵਾਲ ਦੀ ਯਾਰ ਇਹੀ ਪਛਾਣ ਆ, ਪੜ੍ਹਿਆ ਲਿਖਿਆ ਹਰ ਇਨਸਾਨ ਹੈ ਨਸ਼ੇ ਪੱਤੇ ਤੋਂ ਰਹਿਤ, ਇਲਾਕਾ ਵੀ ਦੇਖਣੇ ਨੂੰ ਤੂੰ ਵੀ ਮੇਰੇ ਹਾਣੀਆਂ, ਸਾਡੇ ਪਿੰਡ ਮੇਲਾ ਲੱਗਦਾ, ਮੇਲਾ ਹੱਥ ਨੂੰ ਟੇਕੇ ਦੇ ਮੂਹਰੇ ਲੱਗਦਾ, ਉਹ ਤੁਸੀਂ ਵੀ ਅੱਖਾਂ ਖੋਲ ਲਿਆ ਕਰੋ ਸਾਲਿਓ ਭਾਜੀ, ਕੰਮ ਕਰਨ ਦੇ ਪੈਸੇ ਮਿਲਦੇ ਆ ਭਾਜੀ, ਤੇ ਪੈਸੇ ਮੈਂ ਦਿੰਦਾ ਨਹੀਂ ਯੋ ਭਾਜੀ, ਨਹੀਂ ਉਹ ਤਾਂ ਛੱਡੋ ਤੂੰ ਇਦਾਂ ਭਾਜੀ, ਪਰ ਆਇਆ ਤੂੰ ਮੇਰਾ ਅੱਖਾਂ ਖਾਣੀ ਗੱਲਾਂ ਕਰਿਆ ਫਿਰ ਵੀ ਕਈ ਵਾਰ ਅਗਲਾ ਸੱਚ ਚੱਲੋ ਉਹ ਭਰਾਵਾ ਉਦਾਂ ਅੱਖਾਂ ਖੋਲਣ ਦੀ ਗੱਲ ਕੀਤੀ ਆ। ਯੈਸ ਆ ਇਦਾਂ ਪੁਆਇੰਟ ਤੇ ਯਾਰ ਅੱਖਾਂ ਮਤਲਬ ਬੰਦੇ ਨੂੰ ਨੀਂਦ ਵੀ ਨਹੀਂ ਆ ਸਕਦੀ ਆਉਂਦੀ ਆ, ਪਰ ਨਹੀਂ ਆ ਫੋਨ ਕਿੱਥੇ ਆਉਂਦੀ ਹੁਣ ਆਪਾਂ ਨਾ ਕੇ ਉੱਡ ਗਈ ਆਪਾਂ ਨਾ ਕੇ ਲੈਣਾ ਕੀ ਆ, ਜਿਹੜਾ ਮੰਨਦਾ ਮੰਨੇ, ਜਿਹੜਾ ਨਹੀਂ ਮੰਨਦਾ ਨਾ ਮੰਨੇ ਯਾਰ, ਇੰਨੇ ਵੀ ਸਬੂਤ ਦੇ ਕੇ ਕੀ ਲੈਣਾ, ਜੇ ਤੈਨੂੰ ਕੋਈ ਨਸ਼ੇੜੀ ਸਮਝਦਾ ਤੂੰ ਹੈਗਾ ਆ, ਤੂੰ ਇਹ ਕਹਿ ਤੂੰ ਹੈਗਾ ਆ, ਤੂੰ ਹੈਗਾ ਹੀ ਆ, ਹੋਰ ਜੇ ਕੋਈ ਸਮਝਦਾ, ਜੇ ਨਹੀਂ ਵੀ ਸਮਝਦਾ ਉਹਨੂੰ ਵੀ ਕਹਿੰਦੇ ਨਾ ਮੰਨੀ ਨਸ਼ੇੜੀ ਆ, ਹੈਗਾ ਯਾਰ ਨਹੀਂ, ਜਿੰਨੇ ਤੂੰ ਵਾਲ ਖੜੇ ਟੋਰੀ ਵਾਰੀ, ਚੱਲ ਇਹ ਵੀ ਨਹੀਂ ਵਾਲ ਹੀ ਹੈ ਨਹੀਂ ਵਾਲ ਹੀ ਹੈ ਸੈਂਟਰ ਚ ਕਾਇਆ ਸੀਗਾ, ਹਾ ਸੈਂਟਰ ਵਾਲਿਆਂ ਨੇ ਵਾਲ ਸਾਰੇ ਮੁੰਨ ਸਟੇ, ਉਹਨਾਂ ਨੇ ਔਖਾ ਹੋ ਪਿਆ ਫੇਰ ਨੂੰ ਮੁੰਨਿਆ ਉਹਨਾਂ ਨੇ, ਫਿਰ ਮੈਂ ਬਾਅਦ ਚੋਂ ਝੰਬ ਤੇ ਬਾਹਰ ਜਾ ਕੇ ਸੈਂਟਰ ਵਾਲੇ ਨੀ ਉਹ ਕੱਟ, ਓ ਮਾਈ ਗੋਡ ਸਭੀ ਇੱਡੀ ਗੱਪ ਨੀ ਚੱਲਣੀ, ਬਲੌਗ ਵਿੱਚ ਸੱਚੀਆਂ ਗੱਲਾਂ ਰੱਖੀਏ, 1-2 ਸਕਿੰਟਾਂ ਚ ਉੱਥੇ 60-70 ਘਸਾਉਣ ਆਉਂਦੇ ਆ ਤੇਰੇ ਪੈ ਯਾਰ, ਨਹੀਂ ਕੁੱਟ ਨੀ ਪਈ ਮੇਰੇ ਉਦੋਂ ਬੈਠ ਤੂੰ ਬੀਬਾ, ਨਹੀਂ ਭਾਈ ਸੱਚੀ ਨਹੀਂ ਪਈ ਤੇਰੇ ਵਾਲੀ ਕਰਤੂਤ ਹੀ ਨਹੀਂ ਕੀਤੀ, ਮੇਰੇ ਵਾਲ ਕੱਟੇ ਗੰਜ ਕੱਢੀ ਮੈਂ ਚੁੱਪ ਕਰਕੇ ਕਢਾ ਲਈ, ਮੈਂ ਕਿਹਾ ਇੱਥੇ ਕਿਹੜਾ ਦੇਖਣਾ ਕਿ ਇਹਨੇ, ਤੇਰੀ ਵੀ ਕੱਟੀ ਮਾਜੀ, ਹਾਂਜੀ ਇਹਨੂੰ ਟੈਨਸ਼ਨ ਸੀ ਨਾ ਮੈਂ ਬਾਹਰ ਘੁੰਮਣਾ, ਹੁਣ ਘੁੰਮ ਹੁਣ ਘੁੰਮਣ ਡਿਆ, ਹੁਣ ਨਹੀਂ ਹੁਣ ਟੋਪੀ ਪਿਛਲੀ ਗੱਡੀ 'ਚ ਰਹਿ ਗਈ, ਹੁਣ ਟੋਪੀ ਵੀ ਪਾਈ ਸੀ ਸਿਰ ਤੇ, ਟੋਪੀਆਂ ਤਾਂ ਭਾਜੀ ਪਾਉਣ 'ਚ ਮਾਹਿਰ ਹੈ, ਮੇਰੀ ਸਟੋਰੀ ਨਹੀਂ ਦੇਖੀ, ਜਦੋਂ ਸਟੋਰੀ ਤੇਰੀ ਦੇਖੀ ਸੀਗੀ ਰਵਿੰਦਰ ਗਰੇਵਾਲ ਨੇ,
ਤੇਰੀ ਸਟੋਰੀ ਕਿਹੜੇ ਨੰਬਰ ਤੇ ਦੇਖਣੀ? ਨੰਬਰ ਤਾਂ ਤੇਰਾ ਸਾਰਾ ਨੰਬਰ ਤੇ ਨਹੀਂ, ਫੇਸਬੁੱਕ ਤੇ ਇੰਸਟਾ ਤੇ। ਹਾਂ ਜੀ, ਤੁਸੀਂ ਸਾਰਿਆਂ ਨੇ ਇਹਦੀ ਸਟੋਰੀ ਦੇਖੀ ਸੀ, ਅਸੀਂ ਹਰੇਕ ਵੀਡੀਓ 'ਚ ਦੱਸੀ ਆ। ਜਲੰਧਰ ਪਹੁੰਚ ਗਏ ਯਾਰ, ਜੇ ਜਿਆਦਾ ਕਾਲੀ ਉੱਤੇ ਚੱਲ ਜਾ, ਰੋਕਦਾ ਜਾ, ਧੱਕੇ ਨਾ ਥੋੜੋ ਰੋਕਣੇ ਨਾ ਥੋੜੀ। ਨਹੀਂ ਯਾਰ ਜਾ ਤੂੰ, ਨਹੀਂ ਤੇਰੀ ਗੱਲ ਕੀਤੀ, ਉਹਨੂੰ ਕਹਿ ਦੀ ਟਿਚਰ ਟੁਚਰ ਕਰਦਾ ਭਾਜੀ। ਨਹੀਂ ਨਹੀਂ ਪਤਾ ਉਹਨਾਂ ਨੂੰ ਯਾਰ ਤੁਹਾਡਾ। ਅੱਛਾ ਫੇਰ ਠੀਕ ਆ, ਚਲੋ ਕੰਮ ਕਰਨੇ ਫੈਨ ਨੇ ਕਿੱਥੇ ਜਾਣਾ ਹੁਣ? ਅੱਛਾ ਮੈਂ ਕਹਿਣ ਵੀ ਡਿਆ ਮੁੰਡਿਆਂ ਨੂੰ, ਇਹ ਤੰਗ ਕਰਨ ਡਿਆ ਆ, ਉਹਨਾਂ ਨੂੰ ਕਾਲੀ ਆ ਕਾਲੀ ਆ, ਮੈਂ ਟਿਚਰ ਚ ਕਹਿਣ ਡਿਆ ਉਹਨਾਂ ਨੂੰ ਸੱਚੀ ਕਾਲੀ ਆ। ਉਹ ਤੇਰੀ ਇਹਦਾ ਤਬਲਾ ਵਜਾਇਆ ਕਰੋ ਗੰਜ ਤੇ, ਚਲੋ ਆਜੋ ਵੀਰੇ। ਉਹ ਤੇਰੇ ਤੇਰੇ ਤੇਰੀਆਂ ਐਨਕਾਂ, ਤੈਨੂੰ ਕਾਲਾ ਚਸ਼ਮਾ ਜੱਚਦਾ ਏ, ਇਸ ਵੇਲੇ ਵੀ ਚੋਬਰ ਦੇਖੀ ਜਾਣ ਡਿਆ ਕਾਲੇ ਚ। ਆਜੋ ਜੈਨ ਮਨੀ, ਤੈਨੂੰ ਮੁੰਡੇ ਕਾਲੇ ਆ ਬਾਬਾ, ਤੇ ਵੈਸੇ ਤਾਂ ਸਹੀ ਵੀ ਕਾਲੇ ਹੀ ਆ। ਚਲੋ ਜੈਨ ਆਇਓ ਫਿਰ ਘਰੇ ਬੈਠਾਂਗੇ। ਸਾਬੀ ਓਏ ਜਾ, ਸਾਬੀ ਏਡਾ ਭਾਰ ਨਾ ਚੜਾਇਆ ਕਰ। ਚੰਗਾ ਵੀਰੇ ਸਤਿ ਸ੍ਰੀ ਅਕਾਲ। ਚੰਗਾ ਵੀਰੇ ਓਕੇ ਜੀ, ਭਰਾ ਸਾਡੇ ਹੋਰ ਮਿਲ ਗਏ ਕਾਦੀਆਂ ਵਾਲੇ ਬਹੁਤ ਚਿਰ ਬਾਅਦ। ਹੋਰ ਵੀਰੇ ਕਿੱਦਾਂ ਹਾਲ ਚਾਲ? ਹੋਰ ਤਾਂ ਠੀਕ ਆ, ਦੋ ਮਿੰਟ ਦਿਓ ਬਸ। ਚਲੋ ਫਿਰ ਓਕੇ ਭਰਾ ਸਾਡਾ ਸਾਬੀ, ਅਤੇ ਸਿਆਣਾ ਇੰਨਾ ਆ ਸਾਰੇ ਵਲੋਗ 'ਚ ਮੂੰਹ ਆ ਗਿਆ। ਭਾਅ ਜੀ ਕਹਿੰਦਾ ਗੱਡੀ ਦਾ ਨੰਬਰ ਬਲਰ ਕਰ ਦਿਓ। ਵੱਡਿਆ ਸਿਆਣਿਆ ਸਾਰੇ ਵਲੋਗ 'ਚ ਤੇਰਾ ਮੂੰਹ ਆ ਗਿਆ, ਗੱਡੀ ਦਾ ਨੰਬਰ ਬਲਰ ਕਰ ਦਈਏ। ਮੁੰਡੇ ਤੇਰੇ ਨਾਲ ਬੈਠੇ ਤੈਨੂੰ ਹੱਥ ਲੱਗਣ ਦੇਣਗੇ, ਨਾਲੇ ਇੰਨੀ ਭਰੀ ਗੱਡੀ ਨੂੰ ਤਾਂ ਉਦੋਂ ਨੀ ਹੱਥ ਪਾਉਂਦਾ। ਉਹ ਲੈ ਲੈ ਕੈਪ, ਲੈ ਲੈ ਮੰਕੀ, ਤੂੰ ਐਵੇਂ ਮੰਕੀ ਕੈਪ ਪੁੱਤ, ਮੁੰਡੇ ਨਾਲ ਭਾਵੇਂ ਬੈਠੇ ਤੂੰ ਵੀ ਥੋੜਾ ਦਿਲ ਖਰੀਦ। ਨੰਬਰ ਬਲਾਰ ਕਰ ਦੇ। ਓਕੇ ਵੀਰੇ ਓਕੇ, ਦੇਖ ਲੋ ਜੀ ਬੜਾ ਸਮਝਾਉਣਾ ਕਿ ਨਹੀਂ, ਬਾਹਰਲਾ ਖਾਣ ਦੀ ਇੱਡੀ ਆ ਗਿਆ ਉਹਨਾਂ ਨੂੰ ਵੀ। ਨਹੀਂ ਨਹੀਂ ਆਪਾਂ ਘਰੇ ਚਾਹ ਕਾਹਤੇ ਪੀਣੀ, ਬਾਹਰੋਂ ਪੀਨੇ, ਬਾਹਰੋਂ ਪੀਨੇ। ਓਏ ਭਰਾਵਾ ਮੈਂ ਕਿਹਾ ਘਰੇ ਸੋਫੇ ਤੂੰ ਓਦਾਂ ਕਹਿ ਦਿਆ ਕਰ, ਜੋ ਖਾਣਾ ਲੈ ਖਾ ਲਾ ਹੁਣ। ਕਾਦੀਆਂ ਨਾਲੇ ਹੋਰ ਜੀ, ਇਹ ਭਰਾ ਗੈਪ ਹੋ ਗਿਆ ਮੁੰਡਾ, ਕਿਵੇਂ ਕਿ ਡਰੈਪ ਕਰ ਲਿਆ, ਬਹੁਤ ਚਿਰ ਬਾਅਦ ਟੱਕਰਿਆ। ਟਾਈਮ ਟਰੈਵਲ ਕਰਕੇ ਆਇਆ 1.5 ਸਾਲ। ਚੰਗਾ ਵੀਰੇ।